ਉਹ ਸੁਖਨਾ ਸੱਚ ਹੋ ਗਿਆ, ਮੇਰੇ ਨਾਲ ਝਗੜ ਪਈ ਹੋਣੀ ਤੇ ਇੱਟਾਂ ਉੱਤੇ ਇੱਟਾਂ ਰੱਖ ਕੇ ਪੈਟਾਂ ਉੱਤੇ ਇੱਟਾਂ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਕਾਉਣੀ, ਸੁਖਨਾ ਸੱਚ ਹੋ ਗਿਆ। ਰਾਤੀ ਸੌਣ ਲੱਗੀ, ਰਾਤੀ ਸੌਣ ਲੱਗੀ ਸੀ ਮੇਰੇ ਨਾਲ ਹੀਰਿਆਂ ਦੀ ਜੋੜੀ ਚ ਪਿੰਡਿਆਂ ਦੇ ਹੱਥ ਫੇਰ ਕੇ ਪਿੰਡਿਆਂ ਦੇ ਹੱਥ ਫੇਰ ਕੇ ਕਹਿੰਦੇ ਫੇਰ ਬੰਦਾਂਗੇ ਜੋੜੀ, ਸੁਖਨਾ ਸੱਚ ਹੋ ਗਿਆ। ਛੇ ਸੁਣ ਲਾ, ਸੌਣ ਭਾਦਰੋਂ ਖਰੀਦਣੀ ਖੰਡ ਮੰਦੀ, ਦੂਜਾ ਊਠਾਂ ਤੇ ਲੱਦਣਾ ਭਾਰ ਮੰਦਾ, ਦੂਜਾ ਨਾਲ ਅੰਦਾਰੀਏ ਗੱਲ ਕਰਨੀ, ਕਰਨਾ ਇਸਤਰੀ ਚ ਅਖਬਾਰ ਮੰਦਾ। ਉਹ ਜੇ ਘਰ ਸੁਖ ਵਸਿਆ ਫਿਰ ਬਾਹਰ ਸੁਖ ਪਾਇਆ, ਕਹੋ ਨਾਨਕ ਗੁਰਮੁਖ ਜੜਾਇਆ, ਵਾਹਿਗੁਰੂ 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 ਵਾਹਿਗੁਰੂ, ਕਹੋ ਨਾਨਕ ਸਭ ਤੇਰੀ ਵਡਿਆਈ, ਘਰ ਸੁਖ ਵਸਿਆ ਫਿਰ ਬਾਹਰ ਸੁਖ ਪਾਇਆ। ਘੜੀ ਬੈਠੇ ਸੀ ਮਾਈ ਮੁਸਲਮਾਨ ਮਗਰ ਚੱਲ ਗਿਆ ਦੁਨੀਆ ਭੱਜੀ ਆਪ ਪਏ ਸਾਈ। ਅੱਛਾ, ਜਥੇ ਬੜੇ ਬੈਂਦੇ ਸੀ, ਜਥੇ ਬੈਂਦੇ ਸੀ, ਅਗਲਾ ਆਉਂਦਾ ਸੀ ਪਿੰਡਾਂ ਨੂੰ, ਕਈਆਂ ਦੇ ਟੋਕੇ ਦਾਲ ਆ ਗਏ ਤੇ ਡਾਂਗਾ ਜੇ ਕਾਫ ਰਹੇ ਨਾ ਤਾਂ ਪੱਠੇ ਕੁਲਸਮ ਨਾਲਿਆਂ ਦੇ। ਅੱਛਾ ਜੀ, ਬਸ ਵੱਢ ਵਢਾਈਆ ਸ਼ੁਰੂ ਹੋ ਗਿਆ। ਮਗਰ ਭੱਜਦੇ ਦੌੜਦੇ ਸੀ, ਜਿਨ੍ਹਾਂ ਲੋਕਾਂ ਦੇ ਗਲ ਦੇ ਕੱਪੜੇ ਉਹ ਗਲ ਦੇ ਲੈ ਕੇ ਭੱਜੇ। ਅੱਛਾ, ਜਾਨ ਬਚਾਈ ਤੇ ਇਕੱਠੇ ਹੋ ਕੇ ਢੋਲ ਵਜਾਉਂਦੇ ਹੁੰਦੇ ਸੀ ਮਾਈ ਜਥਿਆਂ ਦੇ ਜਥੇ। ਨਾਰੋਵਾਲ ਦੇ ਫਾਟਕ ਦੇ ਡੱਕਿਆ 15,000 ਜਥਾ। ਅੱਛਾ, ਉਹ ਇਕੱਠੇ ਹੋ ਕੇ ਆ ਗਿਆ, ਜਿਹੜੇ ਛੱਪੜ ਸੀ ਉਹਨਾਂ ਦੇ ਵਿੱਚ ਕੱਚ ਭੰਨ ਕੇ ਸੁੱਟਤਾ ਵੀ ਕੋਈ ਭੱਜ ਕੇ ਲੰਘੇ ਫਟੜ ਹੋ ਜਾਏ। ਖੂਹਾਂ ਜੀ ਯਾਰ ਪਾਤਾ, ਤੈਨੂੰ ਮੈਂ ਵੱਡੀ ਗੱਲ ਦੱਸਦਾ, ਜਿੱਥੇ ਖਲੋਣਾ ਪਿੱਛੇ ਕਿਰਪਾਨਾਂ ਵਾਲੇ ਅੱਗੇ ਬਰਸ਼ਿਆਂ ਵਾਲੇ ਹੁੰਦੇ ਸੀ, ਕਲਫੂ ਲਾ ਕੇ ਖਲੋਣਾ ਸਾਰੀ ਜਨਤਾ ਦੇ ਦੁਆਲੇ ਆਏ। ਰਾਤ ਨੂੰ ਠੀਕ ਨੀ ਪੈਦਾ ਇੱਦਾਂ ਹੀ ਲਾਉਣਾ, ਇੱਕ ਦੂਜੇ ਨੂੰ ਆਵਾਜ਼ ਦੇਣੀ ਭਾਈ ਤਗੜੇ ਵਜੋਂ ਡਰਨਾ ਨਹੀਂ। ਇੱਕ ਤਕਲੀਫ ਮਾਵਾਂ ਨੇ ਪੁੱਤਰ ਆਪਣੇ ਹੱਥੀ ਸੁੱਟਦੇ ਵੀ ਜੇ ਜਿਉਂਦੇ ਰਹਾਂਗੇ ਤੇ ਪੁੱਤਰ ਹੋਰ ਹੋ ਜਾਣਗੇ, ਇਹਨਾਂ ਨੂੰ ਪਿੱਛੇ ਕਰਾਉਣ ਬਚਾਈਏ। ਕੋਈ ਇੱਕ ਕਿਸੇ ਦੀ ਧੌਣ ਵੱਡੀ, ਕਿਸੇ ਦੀਆਂ ਬਾਹਾਂ ਵੱਡੀਆਂ, ਕਿਸੇ ਦੀ ਲੱਤਾਂ ਵੱਡੀਆਂ, ਕਿਸੇ ਦੇ ਤਿੰਨ ਤਿੰਨ ਝੋਟੇ ਕੀਤੇ ਵੇਖੇ, ਅੱਖੀ ਛੱਪੜਾਂ ਚ ਤਰਦੀਆਂ ਫਿਰਦੀਆਂ ਸੀ। ਅੱਛਾ ਜੀ, ਬਾਪੂ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ, ਠੀਕ ਠਾਕ ਹੋ? ਠੀਕ ਠਾਕ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਨੂੰ ਪੁੱਛਣ ਆਇਆ ਪਾਕਿਸਤਾਨ ਦੀਆਂ ਗੱਲਾਂ। ਹਾਂ ਹਾਂ, ਪਾਕਿਸਤਾਨ ਦੀਆਂ। ਹਾਂ ਹਾਂ, ਕਿਵੇਂ ਕਿਵੇਂ ਆਏ ਤੇ ਕਿਵੇਂ ਕਿਵੇਂ ਰਹਿੰਦੇ ਸੀ, ਕਿਹੋ ਜਿਹਾ ਵਸੇਬ ਸੀ, ਇਹ ਤਾਂ ਪੁੱਛਣ ਆਇਆ ਮੈਂ। ਮੈਂ ਤੈਨੂੰ ਉਦੋਂ ਦੱਸਿਆ ਮੈਂ ਹੀ। ਠੀਕ ਹੈ, ਅੱਜ ਦੱਸਣਾ ਹੁਣ ਕੈਮਰੇ ਚ। ਠੀਕ ਹੈ, ਤੇ ਤੁਹਾਡਾ ਨਾਂ ਕੀ ਹੈ ਜੀ? ਕਸ਼ਮੀਰ ਸਿੰਘ ਬਾਜਵਾ। ਵਾਹ, ਤੇ ਪਿਤਾ ਜੀ ਦਾ? ਨਿਹਾਲ ਸਿੰਘ। ਨਿਹਾਲ ਸਿੰਘ, ਹਾਂ। ਤੇ ਦਾਦਾ ਜੀ ਦਾ ਚੇਤੇ ਹੈ? ਹਾਂਜੀ, ਦਾਦੇ ਜੀ ਦਾ। ਦਾਦਾ ਜੀ ਦਾ ਚੇਤ ਸਿੰਘ ਆ। ਵਾਹ ਜੀ ਵਾਹ, ਕਿਹੜੇ ਪਿੰਡੋਂ ਆਏ ਹੋ ਪਾਕਿਸਤਾਨ ਨੂੰ? ਚਾਚਾ ਜੀ ਦਾ ਨਾਂ ਰਿਸ਼ਪਾਲ ਸਿੰਘ, ਆਰਮੀ ਚ ਹੀ। ਤੁਹਾਡਾ ਪਿੰਡ ਕਿਹੜਾ ਸੀ? ਪਿੰਡ ਸਾਡਾ ਸੀ ਨਗਲ ਬਜਵਿਆਂ ਦਾ, ਉਹ ਜਿਹੜਾ ਕਸੂਰ ਦੇ ਲਾਗੇ ਹੈ। ਹਾਂਜੀ, ਤਹਿਸੀਲ ਦੇ ਨਾਲ ਸੀ, ਤਹਿਸੀਲ ਕਸੂਰ ਦੇ ਨਾਲ ਲੱਗਦਾ ਪਿੰਡ ਸੀ ਨਗਲ ਬਜਵਾ। ਹਾਂ, ਸਰਵਾ ਦੀ ਸ਼ਰਕ ਤੋਂ ਨਾਲ ਹੀ। ਇਹਦੇ ਆਲੇ ਦੁਆਲੇ ਕਿਹੜੇ ਕਿਹੜੇ ਪਿੰਡ ਸਨ? ਇਹਦੇ ਆਲੇ ਦੁਆਲੇ ਪਿੰਡ ਸੀ ਬਖਤਪੁਰ, ਮੂਸੇਪੁਰ, ਫਿਰ
ਉਹ ਪਰਾ ਸੀ ਬਾਨਾ ਜਗਾੜਾ ਲਾਗੇ ਦਾਗੇ ਸਾਰੇ ਸਤਰਾਹ ਸੀ ਸਤਰਾਹ ਸੰਧੂਆ ਦਾ ਹਾਂ ਹਾਂ ਠੀਕ ਹੈ ਹੋਰ ਹੋਰ ਬਹੁਤ ਕੁਝ ਆ ਗੱਲ ਕਰ ਤੂੰ ਕੀ ਕਹਿੰਦਾ ਤੁਸੀਂ ਬਾਜਵੇ ਹੋ ਹੈਗੇ ਨਾ ਸਹੀ ਆ ਕਿੰਨੇ ਪਿੰਡ ਸਨ ਬਾਜਵਿਆਂ ਦੇ ਸਤਾਰਾਂ ਜੈਲਾਂ ਸੀ ਬਾਜਵਿਆਂ ਦੀਆਂ ਨਾ ਚਿੱਤੇ ਨੇ ਸਤਾਰਾਂ ਜੈਲਾਂ ਦੇ ਹੋਰ ਦੱਸ ਮੈਨੂੰ ਕੀ ਆ ਉਹ ਲੋਕਾਂ ਦੇ ਥੋੜੇ ਥੋੜੇ ਜੈਲਦਾਰ ਸੀ ਸਾਡੇ ਬਾਜਵਿਆਂ ਦੇ ਸਤਾਰਾਂ ਜੈਲਦਾਰ ਸੀ ਕਿਹੜੇ ਕਿਹੜੇ ਪਿੰਡਾਂ ਜੈਲਦਾਰ ਸੀ ਉਹ ਪਿੰਡ ਬੜੇ ਸੀ ਹੁਣ ਮੈਨੂੰ ਸਾਰੇ ਨਹੀਂ ਆਉਂਦੇ ਮੈਂ ਉਹ ਛੋਟਾ ਸੀ ਕਿੰਨੀ ਉਮਰ ਸੀ ਉਦੋਂ ਉਮਰ ਮੇਰੀ ਇਹ ਵੀ ਨਹੀਂ ਹੋਈ ਅੱਠ ਸਾਲ ਹੋਈ ਵੱਧ ਤੋਂ ਵੱਧ ਛੋਟੇ ਸੀ ਅੱਠ ਦਸ ਸਾਲ ਦੇ ਹੋਰ ਸੰਭਾਲ ਆ ਉੱਥੇ ਦੀ ਉੱਥੇ ਸੰਭਾਲ ਅਸੀਂ ਪੜ੍ਹਨ ਜਾਂਦੇ ਹੁੰਦੇ ਸੀ ਮਾਂ ਜੀ ਉਹ ਪੜ੍ਹਾਉਂਦੇ ਹੁੰਦੇ ਸੀ ਸਾਨੂੰ ਬਹੁਤ ਬਈ ਉਰਦੂ ਪੜ੍ਹਾਈ ਸਾਡੀ ਅੱਛਾ ਥੋੜੇ ਚਿਰ ਪੜ੍ਹੇ ਮੁੜ ਕੇ ਸਾਨੂੰ ਸੰਤਾਲੀ ਬਣ ਗਿਆ ਵੰਡ ਹੋ ਗਏ ਦੇਸ਼ਾਂ ਦੀ ਮੁੜ ਕੇ ਫਿਰ ਕਿਸੇ ਪੁੱਛਿਆ ਨੀ ਕਿਸਿਆ ਨਹੀਂ ਕਿੱਥੇ ਪੜ੍ਹ ਜਾਂਦੇ ਸੀ ਮੂਸੇਪੁਰ ਸੀ ਪਾਕਿਸਤਾਨ ਦੇ ਨਾਲ ਹੀ ਸਾਡੇ ਪਿੰਡ ਦੇ ਮੂਸੇਪੁਰ ਹਾਂ ਬਾਤਪੁਰ ਮੂਸੇਪੁਰ ਮਾਸਟਰ ਦਾ ਨਾਂ ਚੇਤੇ ਆ ਹਾਂਜੀ ਮਾਸਟਰ ਉਹ ਉੱਥੇ ਕਿਸੇ ਮੌਲਵੀ ਹਨ ਮਸੀਤਾਂ ਚ ਪੜ੍ਹਾਉਂਦੇ ਸੀ ਮੌਲਵੀ ਨੇ ਸਾਰੇ ਹੋਰ ਜਮਾਤੀਆਂ ਦਾ ਨਾਂ ਉਹ ਇਹ ਨੀ ਮੈਨੂੰ ਪਤਾ ਅੱਛਾ ਜੀ ਮੋਹਨ ਚੰਦ ਦੱਸਿਆ ਵੀ ਛੋਟੇ ਦਾ ਹੈ ਕਿੰਨੀਆਂ ਜਮਾਤਾਂ ਪੜ੍ਹੀ ਸੀ ਉੱਥੇ ਉਹ ਪਹਿਲੀ ਚੀਜ਼ ਜਾਣ ਲੱਗੇ ਜਮਾਤਾਂ ਉੱਥੇ ਕਿੰਨੇ ਕੁ ਪੜ੍ਹਨਾ ਸੀ ਉਦੋਂ ਪਾਣੀ ਪੜ੍ਹ ਲੱਗਿਆ ਤੇ ਪੈਦਲ ਜਾਂਦੇ ਸੀ ਉੱਥੇ ਹੋਰ ਕੰਮ ਤੇ ਤੁਹਾਡਾ ਜਿਹੜਾ ਪਿੰਡ ਨੰਗਲ ਬਾਜਵਾ ਹੋਇਆ ਹਾਂ ਹਾਂ ਇਹਦਾ ਲੰਬੜਵਾਰ ਕਿਹੜਾ ਸੀ ਲੰਬੜਵਾਰ ਹੀ ਹੋਈ ਹਨ ਕਿਹੜੇ ਕਿਹੜੇ ਆਪਣੇ ਭਰਾ ਵੱਡੇ ਕਰਤਾਰ ਸਿੰਘ ਜੈਲਦਾਰ ਆਪਾਂ ਹੀ ਜਾਣ ਫਾਰੇ ਚਕਰਾਜ ਪੋਸ਼ ਕਰਤਾਰ ਸਿੰਘ ਦੇ ਭਰਾ ਦਾ ਕੀ ਨਾਮ ਸੀ ਕਰਤਾਰ ਸਿੰਘ ਦੇ ਉਹ ਹੁਣ ਗੁਰਦਾਸਪੁਰ ਬੈਠਿਆ ਮੈਨੂੰ ਨਾਮ ਭੁੱਲ ਗਿਆ ਯਾਰ ਤੇ ਜੇ ਦਸੂਏ ਬੈਠੇ ਨੇ ਦਸੂਏ ਨਹੀਂ ਹੋਈ ਨੇ ਇਕੱਲੇ ਹੀ ਬੈਠੇ ਆ ਆਪਣੇ ਭਾਜੀ ਦਵਿੰਦਰ ਸਿੰਘ ਹੋਰੀ ਅੱਛਾ ਕਰਤਾਰ ਸਿੰਘ ਦਾ ਭਤੀਜਾ ਦਵਿੰਦਰ ਸਿੰਘ ਨਹੀਂ ਨਹੀਂ ਪੁੱਤਰ ਆ ਅੱਛਾ ਕਰਤਾਰ ਸਿੰਘ ਦਾ ਬੇਟਾ ਸੀ ਹਾਂ ਜਿਹੜਾ ਪੁੱਤਰ ਆ ਜਿਹੜਾ ਮਿਨਿਸਟਰ ਬਣਿਆ ਪੰਜਾਬ ਚ ਹਾਂ ਹਾਂ 1975 ਚ ਹਾਂਜੀ ਉਹ ਬੜਾ ਖੇਡਿਆ ਬਾਦਲ ਦੇ ਨਾਲ ਲਕਸ਼ਮਣ ਸਿੰਘ ਗਿੱਲ ਨਾਲ ਉਹ ਨਹੀਂ ਨਹੀਂ ਪਹਿਲਾਂ ਲਕਸ਼ਮਣ ਸਿੰਘ ਗਿੱਲ ਨਾਲ ਮੁੜ ਕੇ ਬਾਦਲ ਨਾਲ ਬੜਾ ਖੇਡਿਆ ਅੱਛਾ ਹਾਂ ਉਹ ਤੁਹਾਡੇ ਪਿੰਡ ਦੇ ਸਨ ਹਾਂ ਬਈ ਉਹ ਰੇਂਜਰ ਰਿਹਾ ਕਿ ਨਹੀਂ ਤੁਹਾਡੇ ਪਿੰਡ ਦੇ ਸਨ ਕਰਤਾਰ ਸਿੰਘ ਮੈਂ ਤੁਹਾਨੂੰ ਦੱਸਿਆ ਸਰ ਸਾਡੇ ਉਹ ਚਾਚੇ ਲੱਗ ਗਏ ਸੀ ਠੀਕ ਹੈ ਤੇ ਹੋਰ ਕਿਹੜੇ ਕਿਹੜੇ ਸਰਦਾਰ ਸਨ ਪੁਰਾਣੇ ਸਰਦਾਰਾਂ ਦੇ ਨਾਲ ਲੈ ਦਿਓ ਪੁਰਾਣੇ ਬਾਬਿਆਂ ਦੇ ਹੈ ਪੁਰਾਣੇ ਬਾਬਿਆਂ ਦੇ ਨਾਲ ਲੈ ਦਿਓ ਬਾਜਵਾ ਦੇ ਉਹ ਹਨ ਸੁਰਾਣ ਸਿੰਘ ਹੋਰੀ ਹੋਰ ਇੱਕ ਕਰਤਾਰ ਸਿੰਘ ਹੁੰਦਾ ਸੀ ਹੋਰ ਹਨ ਕਹਿੰਦੇ ਵੀ ਹਨ ਲਾ ਯਾਰ ਮੈਨੂੰ ਭੁੱਲ ਗਏ ਆ ਜਿਹਨੇ ਨਹੀਂ ਆਉਂਦੇ ਉਹ ਸਰਾਣੇ ਬੈਠੇ ਸੀ ਅੱਛਾ ਜੀ ਬੇਲੇ ਸਰਾਣੇ ਬੇਲੇ ਸਰਾਣਾ ਬੈਠੇ ਨੇ ਹਾਂ ਪੰਜ ਭਰਾ ਹਨ ਉਹ ਠੀਕ ਹੈ ਤੇ ਸਭ ਤੋਂ ਵੱਡਾ ਜ਼ਿੰਮੇਦਾਰ ਇਹੋ ਸੀ ਕਰਤਾਰ ਸਿੰਘ ਜੈਲਦਾਰ ਹਾਂ ਸਭ ਤੋਂ ਲਾਠੀ ਮਾਰ ਕੇ ਇਹੋ ਤਗੜੇ ਸੀ ਕਿੰਨੇ ਕੁ ਪਿੰਡਾਂ ਦੀ ਇਹਨਾਂ ਕੋਲ ਜ਼ਮੀਨ ਸੀ ਹਾਂਜੀ ਕਿੰਨੇ ਪਿੰਡਾਂ ਦੀ ਜ਼ਮੀਨ ਸੀ ਇਹਨਾਂ ਦੀ ਜ਼ਮੀਨ ਆ ਜੇ ਦਸੂਏ ਪਈ ਹੈ ਬਰਪਿਆ ਨਹੀਂ ਸੀ ਮਰਬੇ ਸਨ ਇੱਥੇ ਬਾਹਰ ਚ ਜਾ ਕੇ ਮਰਬੇ ਖਰੀਦੇ ਸੀ ਇਹਨਾਂ ਉਹਨਾਂ ਨੇ ਦੱਸਦੇ ਉੱਥੇ ਹਵੇਲੀ ਬੜੀ ਵੱਡੀ ਸੀ ਹਾਂ ਹਵੇਲੀ ਤੇ ਬੜੀ ਵੱਡੀ ਉਹ ਅਜੇ ਵੀ ਹੈ ਉਹ ਹੋਣੀ ਆ ਹੁਣ ਸਾਨੂੰ ਕੀ ਪਤਾ ਤੁਸੀਂ ਨਹੀਂ ਵੇਖੀ ਨਹੀਂ ਅਸੀਂ ਕਿੱਥੇ ਦੇਖੀ ਅਸੀਂ ਘੜੀ ਘੜੀ ਬੈਠੇ ਸੀ ਮਾਈ ਮੁਸਲਮਾਨ ਮਗਰ ਚੜ ਗਿਆ ਦੁਨੀਆਂ ਭੱਜੀ ਆਪ ਪਏ ਸਾਈ ਜਫੇ ਬੜੇ ਬਣਦੇ ਸੀ ਜਥੇ ਪੈਂਦੇ ਸੀ ਅੱਗ ਲਾਦੇ ਸੀ ਪਿੰਡਾਂ ਨੂੰ ਜਦੋਂ ਪਾਕਿਸਤਾਨ ਬਣਨਾ ਸੀ ਜਥੇ ਪੈਣ ਲੱਗ ਪਏ ਸੀ ਪਿੰਡ ਨੂੰ ਪਹਿਲਾਂ ਹੀ ਪੈਣ ਲੱਗ ਪਏ ਸੀ ਜਿਹੜੇ ਮਾਈ ਵਾਢੀ ਹੋਈ ਸੀ
ਉਹਨਾਂ ਦਾ ਭਾਈ ਬਰਸ਼ੇ ਚ ਕਿਰਪਾਨਾਂ ਤੇਜ਼ ਕਰਨ ਕਈਆਂ ਦੇ ਟੋਕੇ ਦਾ ਲਾ ਕੇ ਡਾਂਗਾ ਜੇ ਕਾਫਲ ਆਈ ਲੱਤ ਪੱਠੇ ਕੁਸਰ ਨਾਲਿਆਂ ਦੇ ਬਸ ਵੱਢ ਵਢਾਈਆ ਸ਼ੁਰੂ ਹੋ ਗਿਆ ਫਿਰ ਚੰਗਾ ਪਾ ਰਿਹਾ ਸਾਡੇ ਕੋਲ ਮਾਸੀ ਦਾ ਮੁੰਡਾ ਮੈਂ ਕਿਹਾ ਉਹ ਮਾਸੀ ਦਾ ਮੁੰਡਾ ਸੀ ਪੁਰਾਣੀ ਬੱਸੀ ਪਹਿਲੀ ਕੋਠੀ ਸੀ ਨਾ ਉਹਨਾਂ ਕੋਲ ਸਟੇਸ਼ਨ ਕੋਲ ਉਹ ਪੂਰੀ ਸਿੰਘ ਨੂੰ ਬਾਤ ਹੋ ਗਈ ਸੀ ਫਿਰ ਪੈਰੀ ਜਾ ਗਈ ਇੱਥੇ ਠੀਕ ਹੈ ਉਹਦਾ ਪਰਿਵਾਰ ਕਦੇ ਮਾਰਿਆ ਗਿਆ ਸੀ ਉੱਥੇ ਕਤਲ ਹੋ ਗਿਆ ਸੀ ਉਹ ਆਹੋ ਫਿਰ ਕਈ ਕੋਈ ਪਤਾ ਲੱਗਦਾ ਇੱਕ ਦੂਜੀ ਗੱਡੀ ਜੀ ਆ ਗਈ ਬੱਕਰਿਆਂ ਵਿੱਚ ਦੁਨੀਆਂ ਵੱਧ ਬੰਦਿਆਂ ਨੂੰ ਵੱਧ ਰਹੇ ਨੇ ਉੱਥੇ ਕੌਣ ਪੁੱਛਦਾ ਸੀ ਕੌਣ ਨੇ ਕੌਣ ਨੇ ਉੱਥੇ ਮੇਲਾ ਕਿੱਥੇ ਲੱਗਦਾ ਸੀ ਮੇਲਾ ਬੜੀ ਦੂਰ ਲੱਗਦਾ ਸੀ ਵੇਖਿਆ ਮੇਲਾ ਥਰੋ ਦਾ ਹਾਂ ਅਸੀਂ ਕਿੱਥੇ ਵੇਖਣਾ ਸੀ ਗੁੱਗੇ ਪੀਰ ਦਾ ਉੱਥੇ ਨਾਨੀ ਦਾ ਗੁੱਗਾ ਨਾਨੀ ਉੱਥੇ ਬੜਾ ਮਸ਼ਹੂਰ ਸੀ ਅੱਛਾ ਵੇਖਿਆ ਹਾਂ ਪਿੰਡ ਵਿੱਚ ਪਾਣੀ ਵਾਲਾ ਪਾਣੀ ਪੀਣ ਵਾਲਾ ਖੂਹਾਂ ਦਾ ਸੀ ਪਾਣੀ ਪੀਣ ਵਾਲਾ ਖੂਹਾਂ ਦਾ ਸੀ ਕਿੰਨੇ ਖੂਹ ਸੀ ਕੋਈ ਨੀ ਹੁੰਦੇ ਨਲਕੇ ਨਹੀਂ ਸੀ ਹੁੰਦੇ ਖੂਹ ਹੁੰਦੇ ਸੀ ਖੂਹ ਹੁੰਦੇ ਸੀ ਇਹਨਾਂ ਦੇ ਜਿਹੜੇ ਖੂਹ ਹਨ ਪਿੰਡ ਉਹਨਾਂ ਦੇ ਵਿੱਚ ਵੱਡੇ ਖੂਹਾਂ ਦੇ ਵਿੱਚ ਦੋ ਦੋ ਮਾਲਾਂ ਪਾਈਆਂ ਸੀ ਦੋ ਦੋ ਬੈਡ ਦੋ ਦੋ ਯੋਗਾਂ ਜਾਪਦੀਆਂ ਸੀ ਇੱਕ ਉਹ ਪਾਸੇ ਇੱਕ ਉਹ ਪਾਸੇ ਠੀਕ ਹੈ ਹਾਂ ਤੁਹਾਡੇ ਕਿੰਨੀ ਜ਼ਮੀਨ ਸੀ ਉੱਥੇ ਸਾਡੇ ਕੋਲ ਜ਼ਮੀਨ ਉੱਥੇ 15 ਅੱਗੇ ਸੀ ਕਿੰਨੀਆਂ ਯੋਗਾਂ ਸਨ ਯੋਗਾਂ ਅਸੀਂ ਕਿੰਨੀਆਂ ਸੀ ਆਪ ਨੌਕਰੀਆਂ ਕਰਦੇ ਸੀ ਅੱਛਾ ਪੈਸੇ ਠੇਕੇ ਠੋਕੇ ਦੇ ਜਿਹੜੀਆਂ ਸੀ ਉੱਥੇ ਗਿਆ ਭਰਾ ਉਹ ਡੈਡੀ ਮੇਰਾ ਤੇ ਚਾਚਾ ਮੇਰਾ ਉਹ ਆਰਮੀ ਚ ਸੀ ਇਹ ਆਪ ਪੁਲਿਸ ਹੈ ਪੰਜਾਬ ਪੁਲਿਸ ਚ ਅੱਛਾ ਇਹਨਾਂ ਯੋਗਾਂ ਕਰਨੀਆਂ ਸੀ ਠੀਕ ਜਿਨ੍ਹਾਂ ਲੋਕਾਂ ਦੇ ਗਲ ਦੇ ਕੱਪੜੇ ਉਹ ਗਲ ਤੇ ਲੈ ਕੇ ਭੱਜੇ ਅੱਛਾ ਜਾਨ ਬਚਾਈ ਤੇ ਇਕੱਠੇ ਹੋ ਕੇ ਢੋਲ ਵਜਾਉਂਦੇ ਹੁੰਦੇ ਸੀ ਮਾਈ ਜਸਿਆਂ ਦੇ ਜਸੇ ਸਾਡਾ 15,000 ਦਾ ਪਸਰੂਰ ਹੋ ਗਿਆ ਸੀ ਜਸਾ ਇਕੱਠਾ ਅੱਛਾ ਸਾਰਿਆਂ ਪਿੰਡਾਂ ਦਾ ਫਿਰ ਸਾਨੂੰ 5-4 ਦਿਨ ਉੱਥੇ ਰੱਖਿਆ ਕਸੂਰ ਕਸੂਰ ਤਹਿਸੀਲ ਦੇ ਵਿੱਚ ਅੱਛਾ ਕਮਰੇ ਆ ਜੇ ਉੱਥੇ ਹੀ ਫਿਰ ਰਾਸ਼ਨ ਦੇਣਾ ਕਰਨਾ ਗਵਰਨਮੈਂਟ ਨੇ ਗਵਰਨਮੈਂਟ ਦੇ ਰਾਸ਼ਨ ਆਉਂਦਾ ਸੀ ਹਾਂ ਰਾਸ਼ਨ ਆਉਂਦਾ ਸੀ ਠੀਕ ਹੈ ਚੌਲ ਦਿੰਦੇ ਹੁੰਦੇ ਸੀ ਭੁੱਜੇ ਛੋਲੇ ਹੁੰਦੇ ਸੀ ਆਈ ਹੈ ਖਾਈ ਜਾਓ ਲੋਈ ਲਗਾ ਤੇ ਉੱਥੋਂ ਅੱਗੇ ਕਿਵੇਂ ਚੱਲੇ ਅੱਗੇ ਪੈਦਲ ਚੱਲੇ ਤੇ ਕਿੱਥੇ ਆਏ ਪੈਦਲ ਤੁਰ ਕੇ ਪਹਿਲਾਂ ਤੁਹਾਡੇ ਨਾਰੋਵਾਲ ਦੇ ਫਾਟਕ ਦੇ ਡੱਕਿਆ 15,000 ਜਗ੍ਹਾ ਅੱਛਾ ਉਹ ਇਕੱਠੇ ਹੋ ਕੇ ਆ ਗਿਆ ਜਿਹੜੇ ਛੱਪੜ ਸੀ ਉਹਨਾਂ ਦੇ ਵਿੱਚ ਕੱਚ ਭੰਨ ਕੇ ਸੁੱਟਤਾ ਵੀ ਕੋਈ ਭੱਜ ਕੇ ਲੰਘੇ ਫਾਟਲ ਹੋ ਜਾਏ ਖੂਹਾਂ ਜੀ ਯਾਰ ਪਾਤਾ ਤੇ ਮੈਂ ਵੱਡੀ ਗੱਲ ਦੱਸਦਾ ਉੱਥੇ ਫਿਰ ਆਪਣੇ ਹਿੰਦੁਸਤਾਨ ਦੇ ਜਹਾਜ਼ ਗਏ ਉਹਨਾਂ ਦੀ ਝੰਡੀ ਹਿਲਾਈ ਭਾਈ ਹੁਣ ਆਉਂਦੀਆਂ ਮਗਰ ਗੱਡੀਆਂ ਫਿਕਰ ਨਾ ਕਰੋ ਤੁਸੀਂ ਇੱਕ ਤੋਂ ਫਾਇਰ ਕੀਤਾ ਮਾਜੀ ਉੱਡ ਗਿਆ ਸਾਰੇ ਘੋੜੀਆਂ ਘਾੜੀਆਂ ਮੁਸਲਮਾਨ ਸਾਰੇ ਬਾਕੀ ਸਾਡੇ ਜਸੇ ਕੋਲ ਬਹੁਤ ਸਮਾਨ ਸੀ ਸ਼ਤੀਨ ਗੰਨਾ ਸੀ ਰਫਲਾਂ ਸੀ ਸਾਰੀ ਨੌਕਰੀਆਂ ਦੇ ਬੰਦੇ ਆ
ਬਾਕੀ ਜਿੱਥੇ ਖਲੋਣਾ ਪਿੱਛੇ ਕਰਪਾਨਾ ਵਾਲੇ ਅੱਗੇ ਵਰਸ਼ਿਆ ਹੁੰਦੇ ਸੀ ਕਲਫੂ ਲਾ ਕੇ ਖਲੋਣਾ ਸਾਰੀ ਜਨਤਾ ਦੇ ਦੁਆਰੇ ਆਏ ਰਾਤ ਨੂੰ ਠੀਕ ਨੀ ਪੈਦਾ ਇੱਦਾਂ ਜਾਣਾ ਇੱਕ ਦੂਜੇ ਨੂੰ ਆਵਾਜ਼ ਦੇਣੀ ਫਿਰ ਤਕੜੇ ਵਜੋਂ ਡਰਨਾ ਨਹੀਂ ਫਿਰ ਨਰਮਾ ਤੋਂ ਅੱਗੇ ਫਿਰ ਤੁਹਾਡਾ ਫਾਟਕ ਲੰਘੇ ਸਿੱਧੇ ਆਏ ਤੁਰ ਕੇ ਕਰਤਾਰਪੁਰ ਨੂੰ ਰਾਵੀ ਦਾ ਪੁਲ ਲੰਘੇ ਡੇਰਾ ਬਾਬਾ ਨਾਨਕ ਆ ਗਏ ਅੱਛਾ ਬਾਗ ਦੇ ਵਿੱਚ ਉੱਥੇ ਫਿਰ ਸਾਨੂੰ ਗਵਰਨਮੈਂਟ ਨੂੰ ਤੰਬੂ ਦੇ ਕੇ ਉੱਥੇ ਪੰਜ ਚਾਰ ਦਿਨ ਰੱਖਿਆ ਉੱਥੋਂ ਫਿਰ ਆਪ ਉੱਪਰ ਕੋਈ ਕਸ਼ਟ ਕੋਈ ਤਕਲੀਫਾਂ ਨਹੀਂ ਝੱਲਣੀ ਪਈਆਂ ਕੋਈ ਤਕਲੀਫ ਨਹੀਂ ਝੱਲਣੀ ਪਈ ਬਹੁਤੀ ਇੱਕ ਤਕਲੀਫ ਮਾਵਾਂ ਨੇ ਪੁੱਤਰ ਆਪਣੇ ਹੱਥੀ ਸੁੱਟ ਤੇ ਵੀ ਜੇ ਜਿਉਂਦੇ ਰਹਾਂਗੇ ਪੁੱਤਰ ਹੋਰ ਹੋ ਜਾਣਗੇ ਇਹਨਾਂ ਤੇ ਪਿੱਛੇ ਕਰਾਉਣ ਬਚਾਈਏ ਤੁਹਾਡਾ ਜਥਾ ਆ ਗਿਆ ਸਾਰਾ ਕਿ ਹਾਂ ਰਾਜ ਮਾਰੇ ਗਏ ਸਾਡਾ ਸੱਟ ਆ ਗਿਆ ਸਾਰਾ ਸਾਰਾ ਹੀ ਆ ਗਿਆ ਸੀ ਰਾਜ ਕੋਈ ਟੱਟਾਵੱਡੀ ਵੇਖੀ ਹਾਂ ਲਾਸ਼ਾਂ ਵੇਖੀਆਂ ਰਸਤੇ ਚ ਕੋਈ ਇੱਕ ਕਿਹੜੀ ਧੌਣ ਵੱਡੀ ਕਿਹੜੀਆਂ ਬਾਹਾਂ ਵੱਡੀਆਂ ਕਿਹੜੀ ਲੱਤਾਂ ਵੱਡੀਆਂ ਕਿਸੇ ਦੇ ਤਿੰਨ ਤਿੰਨ ਝੋਟੇ ਖਿੱਚੇ ਵੇਖੇ ਅੱਖੀ ਛੱਪੜਾਂ ਚ ਤਰਦੀਆਂ ਫਿਰਦੀਆਂ ਸੀ ਅੱਛਾ ਜੀ ਤੁਸੀਂ ਡਰ ਗਏ ਛੋਟੇ ਬੱਚੇ ਡਰਨਾ ਕੀ ਸੁਭਾਅ ਸੀ ਡਰ ਉੱਥੇ ਕਾਲਾ ਹੀ ਸਾਨੂੰ ਅਸੀਂ ਡਰ ਕਾਲਾ ਹੀ ਅਸੀਂ ਜੇ ਨਾ ਸਾਰੇ ਸਿਆਣੇ ਹਨ ਸਹਿਮੇ ਨਹੀਂ ਹੈ ਡਰ ਨਹੀਂ ਲੱਗਿਆ ਉਹ ਨਹੀਂ ਨਹੀਂ ਇੰਨਾ ਸਹਿਮ ਸਾਨੂੰ ਕਾਲਾ ਹੀ ਲੱਗਿਆ ਕੋਈ ਸਾਨੂੰ ਸਹਿਮ ਨਹੀਂ ਸੀ ਠੀਕ ਹੈ ਸਾਨੂੰ ਕਿਹੜਾ ਬਾਹਰ ਜਾਣ ਦਿੰਦੇ ਸੀ ਨਾਲ ਜਿਹੜੇ ਤੁਰੇ ਸੀ ਤੇ ਸਮਾਨ ਕੋਈ ਲੈ ਕੇ ਆਏ ਘਰੋਂ ਟੱਪਣੇ ਚ ਆਏ ਕੋਈ ਸਮਾਨ ਸਮੂਨ ਨਹੀਂ ਆਉਂਦਾ ਜਿਹੜਾ ਕੋਈ ਮਾੜਾ ਮੋਟਾ ਲਿਆਇਆ ਉਹ ਡੇ ਕੇ ਆ ਕੇ ਰੋਡ ਤਾਂ ਆਈ ਹੈ ਉਹ ਵੀ ਰੋਡ ਤਾਂ ਪੁੱਜੇ ਚੜਾ ਕੇ ਡੇ ਦਾ ਪੁੱਜ ਸੀ ਉੱਥੇ ਚੜਾ ਕੇ ਮਗਰ ਟ੍ਰੇਨ ਛੱਡਤੀ ਮੁਸਲਮਾਨਾਂ ਨੇ ਉਹ ਕਈ ਦੇ ਡਰ ਦੇ ਵੇਚੀ ਲੈ ਮਾਏ ਰੁੜ ਕੇ ਮਰ ਗਏ ਜੋ ਟ੍ਰੇਨ ਆਈ ਕਈ ਜਿਹੜੇ ਬੰਦੇ ਸੀ ਉਹ ਬਚ ਗਏ ਕਈ ਪਾਰ ਕਰ ਗਏ ਡੇ ਤੇ ਭੈਣਾਂ ਨੂੰ ਜਿੰਦੇ ਲਾਏ ਸੀ ਖੁੱਲੇ ਛੱਡ ਆਏ ਘਰ ਘਰ ਬੜੇ ਸੀ ਘਰ ਤੋਂ ਘੱਟ ਅੱਧਾ ਪਿੰਡ ਹੋਣਾ ਇੱਕ ਪਾਸੇ ਨਾ ਚੇਤੇ ਮੁਸਲਮਾਨਾਂ ਚ ਨਾ ਨਾ ਮੈਨੂੰ ਕੋਈ ਚੇਤਾ ਨਹੀਂ ਚੇਤੇ ਨਾ ਤੇ ਦੋਸਤ ਮੁਸਲਮਾਨ ਉਹ ਵੀ ਚੇਤੇ ਆਪਾਂ ਕੋਈ ਦੋਸਤ ਬਣਾਏ ਨਹੀਂ ਗੇ ਛੋਟੇ ਛੋਟੇ ਜਾਈਦਾ ਸੀ ਠੀਕ ਹੈ ਤੁਸੀਂ ਬੈਠੇ ਹੋ ਉਹ ਪਿੰਡ ਰੂਪਵਾਈ ਸੀ ਕੱਚੀ ਰਾਤ ਤੇ ਉੱਥੇ ਬੈਠੇ ਸੀ ਅਸੀਂ ਗੁਰਦਾਸਪੁਰ ਚ ਜਿਹੜਾ ਬਾਬਾ ਨਾਨਕ ਦੇ 4 ਕਿਲੋਮੀਟਰ ਸੀ ਉਹਨਾਂ ਹੀ ਰਮਦਾਸ ਸੀ ਉਹਨਾਂ ਹੀ ਉਹ ਸੀ ਅੱਛਾ ਕੱਚੀ ਰਾਤ ਦੇ ਵਿੱਚ 4 ਸਾਲ ਅਸੀਂ ਉੱਥੇ ਰਹੇ ਫਿਰ ਉੱਥੋਂ ਇੱਥੇ ਆ ਗਏ ਦਸੂਏ ਨੂੰ ਪੱਕੀ ਰਾਤ ਸਾਡੀ ਜਿਹੜੀ ਉਹ ਮਾਈ ਦਰਿਆ ਚ ਜ਼ਮੀਨ ਪੈ ਗਈ ਕਿਹੜੇ ਪਿੰਡ ਚ ਉਹ ਪਿੰਡ ਮੁੱਲਾ ਸੀ ਦਰਿਆਪੁਰ ਤੋਂ ਹੋ ਗਿਆ ਦਰਿਆ ਬਹੁਤ ਵਧੀਆ ਹੋਇਆ ਆ ਰਾਜਪੁਰ ਤੋਂ ਲੱਗੇ ਬੱਚੇ ਛੋਟੇ ਹੀ ਨਹੀਂ ਖੜੇ ਬਾਕੀ ਉਹ ਹੋਰ ਹਨ ਜਿਹਨਾਂ ਪਲਾਟ ਲਏ ਹਨ ਆਪਾਂ ਨਹੀਂ ਉੱਥੇ
ਰਾਜਨੀਤੀ ਦੀ ਪੈਲੀ ਜਿਹੜੀ ਉਹ ਦਰਿਆ ਦਾ ਡਰ ਸੀ, ਬੰਨ ਬੰਨ ਉਦੋਂ ਟੁੱਟ ਜਾਂਦਾ ਸੀ, ਇੱਕ ਪਾਸੇ ਲਹਿਰ ਸੀ, ਸੱਤਾਂ ਮੀਲਾਂ 'ਚ ਪਾਣੀ ਪਾਣੀ ਹੋ ਜਾਂਦਾ ਸੀ। ਵੇਚਤੀ ਫਿਰ ਆ ਵੇਚਤੀ ਉਹ ਫਿਰ ਕਰਨਾ ਕੀ ਸੀ, ਇੱਥੇ ਖਰੀਦੀ ਕਿਹੜੇ ਪਿੰਡ ਖਰੀਦੀ ਆ ਗਏ ਫਿਰ? ਇੱਥੇ ਪਹਿਲਾਂ ਮੀਆਂ ਦੇ ਪਿੰਡ ਖਰੀਦੀ, ਉਹ ਤਾਂ ਵੇਚ ਦਿੱਤੀ ਜਾਂ ਸਾਈਨ ਦੇ ਦਿੱਤੀ। ਅੱਛਾ, ਫਿਰ ਇੱਥੇ ਸ਼ਾਹੂ ਦੇ ਪਿੰਡ ਖਰੀਦੀ ਥੋੜ੍ਹੀ। ਇੱਥੇ ਇੱਥੇ ਕਿਹੜਾ ਪਿੰਡ ਜਿੱਥੇ ਤੁਸੀਂ ਬੈਠੇ ਹੋ? ਹੈਂ, ਕਿਹੜਾ ਪਿੰਡ ਹੈ ਜਿਹੜਾ ਜਿੱਥੇ ਤੁਸੀਂ ਬੈਠੇ ਹੋ? ਪਿੰਡ ਮੀਰਪੁਰ ਹੈ, ਹੋਰ ਕਿਹੜਾ? ਨਾਲ ਤੁਰ ਨਹੀਂ ਲੱਗਦਾ, ਕੋਲ ਹੀ ਉਹ ਵੱਖਰਾ ਵੱਖਰਾ। ਹਾਂ, ਇੱਥੇ ਖਰੀਦੀ ਆ ਕੇ ਜ਼ਮੀਨ ਫਿਰ ਤੁਸੀਂ? ਆਹੋ, ਮੇਰਾ ਸ਼ਾਹੂ ਦੇ ਪਿੰਡ ਖਰੀਦ। ਕਿਹੜੇ ਸਾਲ ਆਏ ਉੱਥੇ? ਹੈਂ, ਕਿਹੜੇ ਸਾਲ ਆਏ ਹੋ? ਉਹ ਸਾਲ ਤੇ ਅਸੀਂ ਪਹਿਲਾਂ ਹੀ ਇੱਥੇ ਰਹਿੰਦੇ ਸੀ। ਉੱਥੇ ਸਿਰਫ ਜ਼ਮੀਨ ਦਾ ਹੀ ਕਬਜ਼ਾ ਲਿਆ ਸੀ ਪ੍ਰਦੀਪ ਸਿੰਘ ਕਰਕੇ, ਉਹ ਦੂਜੇ ਹਨ ਉਹ ਆਉਂਦੇ ਹਨ ਗਰਦਾਸਪੁਰ ਦੇ ਕਿੱਡੀ ਦੇ ਰੂਪੋਵਾਲ। ਨਹੀਂ ਨਹੀਂ ਮੁੰਨਣੀ ਮੁੰਨਣੀ। ਅੱਛਾ, ਠੀਕ ਹੈ। 84 ਚ ਆਏ ਇਹ ਪਿੰਡ, ਕਿਹੋ ਜਿਹਾ ਪਿੰਡ ਸੀ? ਇਹ ਪਿੰਡ ਦੀ ਹਾਲਤ ਕੀ ਸੀ? ਬਹੁਤ ਬੁਰੀ ਸੀ। ਮਸੀਤ ਹੈ ਸੀ? ਹੈ, ਮਸੀਤ ਹੈ ਸੀ ਪਿੰਡ ਚ? ਮਸੀਤ ਉਹ ਸਾਹਮਣੇ ਹੁਣ ਗੁਰਦੁਆਰਾ ਬਣਿਆ ਸੀ, ਮਸੀਤ ਸੀ। ਅੱਛਾ, ਮਸੀਤ ਸੀ, ਉਦੋਂ ਪੱਕੀ ਸੀ? ਹਾਂ ਪੱਕੀ, ਇੱਕ ਉਹ ਕੋਲੀ ਚ ਮਸੀਤ ਸੀ ਗੁਰਦੁਆਰਾ ਜਿੱਥੇ ਬਣਿਆ, ਉਹ ਮੀਰਪੁਰ ਚ ਸਾਹਮਣੇ ਮਸੀਤ ਸੀ। ਠੀਕ ਹੈ, ਗੁਰਦੁਆਰੇ ਸਾਹਮਣੇ ਹੈ। ਹਾਂ, ਫਿਰ ਹੁਣ ਗੁਰਦੁਆਰਾ ਬਣਾ ਤਾ, ਬੱਕਰ ਮੋਢਾ ਲਾਇਆ ਸੀ, ਲੱਗੇ ਬੋਲੀ ਕਰਨ। ਫਿਰ ਉਹ ਬੰਦਿਆ ਕਿਹਾ ਸੀ, ਗਿਆਨੀ ਨੇ ਕਿਹਾ ਸੀ ਵੀ ਹਾਂ ਰੱਬ ਦਾ ਘਰ ਤੁਹਾਡਾ, ਰੱਬ ਦਾ ਘਰ ਹੀ ਆਹ ਬਣਾਉਣਾ, ਆਹ ਗੁਰਦੁਆਰਾ ਸਾਹਿਬ ਬਣਾਉਣਾ, ਇਹ ਨਹੀਂ ਵੇਚਣੀ। ਅੱਛਾ, ਨਾ ਇਹ ਵੇਚੀ ਨਾ ਕੋਲੀ ਵਾਲੀ ਵੇਚੀ, ਉੱਥੇ ਨੀ ਹੁਣ ਲਾਗੇ ਗੁਰਦੁਆਰਾ ਸਾਹਿਬ ਬਣਿਆ, ਉੱਥੇ ਕਰਦੇ ਨੇ ਗੁੱਜਰ ਆਪਣਾ, ਗੁੱਜਰ ਦਿੰਦੇ ਹਾਂ, ਬਾਗਾ ਬੂਗਾ ਦਿੰਦੇ ਆ, ਬਾਰਡਰ ਏਰੀਆ ਅੰਮ੍ਰਿਤਸਰ। ਪਹਿਲੇ ਇੱਧਰ ਹਨ। ਕਿਹੜਾ ਪਿੰਡ ਸੀ? ਬੱਲੜਵਾਲ। ਬੱਲੜਵਾਲ ਕਿਹੜੀ ਗੋਲ ਦਰਸ਼ਨ ਨਾਨਕੇ? ਉਹ ਨਾਨਕਾ ਯਾਰ, ਮੈਨੂੰ ਬੋਲ ਦਾ ਭੁੱਲ ਗਿਆ ਹੁਣ ਬੁੱਢੇ ਹੋ ਗਏ ਮਾਈ, ਹੁਣ ਚੇਤਾ ਰਹਿਣ ਦੇ ਆ। ਮਾਮਿਆਂ ਦੇ ਨਾਂ ਚੇਤੇ ਹੋਣੇ ਨੇ? ਮਾਮੇ ਸਾਡੇ 6-7 ਸੀ, ਕਿਹੜੇ ਥੋੜੇ ਸੀ? 6-7 ਸਨ। ਨਾਂ ਕੀ ਉਹਨਾਂ ਦੇ? ਬੂਟਾ ਸਿੰਘ। ਬਾਕੀ ਉਹ ਪੰਜ ਦੂਜੇ ਹਨ, ਉਹ ਬਾਬਾ ਦੇ ਚਾਚੇ ਦੇ ਮੁੰਡੇ ਹਨ। ਅੱਛਾ, ਠੀਕ ਹੈ। ਤੇਰਾ ਵਿਆਹ ਕਦੋਂ ਹੋਇਆ? ਉਹ ਮਾਈਏ ਕਿਹੜਾ ਪੰਗਾ ਵਿਪਾਸ ਆ ਮਾਈ ਯਾਰ, ਮਤਾਂ ਬੰਦਾ ਮੈਨੂੰ ਨਹੀਂ ਸੈਮਸੰਗ ਯਾਦ। ਅੱਛਾ, ਤੇਰਾ ਵਿਆਹ ਮੈਂ ਕਦੋਂ ਹੋਇਆ? ਮੈਂ ਕਿਹਾ ਸੈਮਸੰਗ ਨਹੀਂ ਮੈਨੂੰ ਯਾਦ ਕੋਈ ਵੀ। ਅੱਛਾ, ਇੱਥੇ ਵਿਆਹ ਗਏ ਸੀ? ਇੱਥੇ ਹੀ ਵਿਆਹ ਗਏ, ਹੋਰ ਕਿੱਥੇ ਵਿਆਹ ਗਏ ਸੀ? ਸੋਹੇ ਕਿਹੜੇ ਬਣੇ, ਕਿੱਥੇ ਬਣੇ? ਆਹ ਨਾਲ ਘਰ ਆਪਣੀ ਮਹਿੰਗਾ ਸੀ ਬੋਰੀ। ਅੱਛਾ, ਇੱਥੇ ਹੀ? ਫਿਰ ਘਰ ਦੇ ਕਹਿੰਦੇ ਸੀ ਜਾਣਾ ਚਾਹੀਦਾ, ਉੱਥੇ ਜਾਣਾ ਚਾਹੀਦਾ, ਚਲੋ ਜੰਜ ਕਰਤੇ ਆਈ ਸੀ ਤਾਂ ਗਿਆ।
ਰਾਤ ਜਮਾਨਾ ਰਾਤ ਰੱਖਣ ਦਾ ਸੀ, 5 ਵਜੇ ਢਕਾ ਕਰਨਾ ਜਿਦਾ ਟਾਈਮ ਹੈ। ਅੱਛਾ, ਕੀ ਕੀ ਮਿਲਿਆ ਖਾਣ ਨੂੰ? ਖਾਣ ਨੂੰ ਬਹੁਤ ਕੁਝ ਸੀ, ਚੌਲ ਮਿੱਠੇ ਨਾ ਆਇਆ ਨੂੰ ਪਹਿਲਾਂ ਚਾਹ ਪਾਣੀ, ਲੱਡੂ ਖਾਣ ਨੂੰ, ਫਿਰ ਰਾਤ ਨੂੰ ਚੌਲ ਖਾਓ, ਦਾਲ ਫੁਲਕਾ ਖਾਓ, ਦਹੀਂ ਖਾਓ, ਦੁੱਧ ਪੀਓ, ਜੋ ਮਰਜ਼ੀ ਖਾਓ। ਦੇਸੀ ਘਿਓ ਹੁੰਦਾ ਸੀ, ਖੰਡ ਪੀਤੀ ਹੁੰਦੀ, ਚੌਲ ਪਾ ਕੇ ਕੌਲੀ ਕੌਲੀ ਦੇਸੀ ਘਿਓ ਪਾਉਂਦੇ ਸੀ, ਫਿਰ ਬੜਾ ਨਜ਼ਾਰਾ ਆਉਂਦਾ ਸੀ ਬੰਦਿਆਂ ਨੂੰ। ਰਾਤ ਨੂੰ ਦੇਸੀ ਦਾਰੂ ਮਿਲੀ ਫਿਰ? ਨਾ ਨਾ, ਦਾਰੂ ਦੇ ਲਾਗੇ ਨੀ ਗਏ ਅਸੀਂ, ਨਾ ਵਿਆਹ ਚ ਹੀ ਗਏ ਆ। ਖਰਾਬੀ ਕਰਦੇ ਯਾਰ ਬੰਦੇ। ਅੱਛਾ, ਜਿੱਦਾਂ ਹੁਣ ਬਰਾਤ ਤੇ ਆਏ ਹੋ, ਪੱਗਾਂ ਗਲ ਜੇ ਪਈਆਂ ਹੋਣ ਤੇ ਉਹ ਵਿਆਹ ਥੋੜਾ ਹੁੰਦਾ। ਬਹੁਤ ਚੰਗੀ ਗੱਲ ਹੈ। ਭੰਗੇ ਦੇ ਪਾ ਲਈ ਸੂਫੀ ਪਾਉਣ ਜਿੰਨਾ ਮਰਜ਼ੀ ਹੈ। ਹੋਰ ਵਿਆਹ ਸੀ ਕੋਈ, ਇਹ ਗੱਲ ਥੋੜੀ ਆ, ਵਿਸਾਖੀ ਦਾ ਮੇਲਾ ਥੋੜਾ ਸੀ, ਯਾਰ ਨਹੀਂ ਪਾਉਣਾ। ਰੋਟੀ ਕਿਹੜੀ ਟਾਂਗੇ ਤੇ ਖੜੀ ਨਾਲ ਫਿਰ? ਰੋਟੀ ਵੀ ਟਾਂਗੇ ਤੇ ਖੜੀ ਵਾਪਸ? ਰੋਟੀ ਨਹੀਂ, ਡੋਲੇ ਦੇ ਖੜੇ ਆਈ। ਅੱਛਾ, ਡੋਲੇ ਦੇ। ਹੋਰ ਰਾਜ ਦਾ ਹੀ ਕਹਾਲ ਚੁੱਕ ਕੇ ਝੂਰ ਖੜਦੇ ਨੇ ਚਾਰ, ਬਾਹਰ ਕੇ ਕਹਿੰਦੇ ਕਹਿੰਦੇ ਸੋਟੀ ਨਾ ਦੇਣ। ਅੱਛਾ, ਜਿਹੜਾ ਤੁਹਾਡਾ ਪਿੰਡ ਸੀ ਨੰਗਲ ਬਾਜਵਾ, ਹਾਂ ਹਾਂ, ਕਿੱਡਾ ਕੁ ਵੱਡਾ ਪਿੰਡ ਸੀ? ਉਹ ਬੜਾ ਤਗੜਾ ਪਿੰਡ ਹੈ, ਹੱਟੀਆਂ ਵੀ ਆ ਸਨ, ਸਭ ਕੁਝ ਹੈਗਾ। ਕਿਸੇ ਹੱਟੀ ਵਾਲੇ ਦਾ ਨਾਂ ਚੇਤੇ ਹੈ? ਹੈਂ, ਹੱਟੀ ਵਾਲੇ ਦਾ ਨਾਂ ਚੇਤੇ ਹੈ? ਉਹ ਨਹੀਂ ਯਾਰ, ਉਹ ਨਹੀਂ ਮੈਨੂੰ ਚੇਤਾ ਕੋਈ ਵੀ। ਉਹ ਚੀਜ਼ੀ ਲੈਣ ਨਹੀਂ ਗਏ ਉੱਥੇ? ਆਪਾਂ ਚੀਜ਼ੀ ਉਹ ਖਾਈ ਵੀ ਸੀ, ਘਰ ਹੀ ਬਥੇਰੀਆਂ ਸੀ ਗਾਲ ਨੂੰ। ਅੱਛਾ, ਘਰ ਹੀ ਮਿਲ ਜਾਂਦੀ ਸੀ ਚੀਜ਼ੀ? ਉਹ ਘਰ ਹੀ ਸਭ ਕੁਝ ਬਣਾ ਹੁੰਦਾ ਸੀ, ਘਰ ਵਿਆਹ ਹੱਟੀ ਜਾਣ ਦੀ ਲੋੜ ਹੀ ਨਹੀਂ। ਤੇ ਖੇਡਾਂ ਕਿਹੜੀ ਗੇੜ ਖੇਡਦੇ ਸੀ ਨਿੱਕੇ ਹੁੰਦੇ ਉੱਥੇ? ਹੈ, ਕੀ ਖੇਡਦੇ ਹੁੰਦੇ ਸੀ? ਖੇਡਦੇ ਕੀ ਹੁੰਦੇ ਸੀ? ਮਿੱਟੀ ਦੇ ਘੋੜੇ ਬਣਾਉਂਦੇ ਸੀ, ਯਾਰ ਇਹਦੇ ਜਿਹਾ ਬਣਾ ਲਿਆ, ਹੋਰ ਅਸੀਂ ਕਈ ਜਹਾਜ਼ ਬਣਾਉਣਾ ਸੀ, ਸੋਨੀ ਉਹਦਾ ਮਾਰੀਆ। ਕਿੰਨੇ ਭਾਈ ਸੀ ਮੋਦੀ ਦਾ? ਭਾਈ ਕਿੰਨੇ ਹੋ? ਭਾਈ ਮੈਂ ਇਕੱਲਾ ਹੀ ਬਚਿਆ ਭਾਈ। ਅੱਛਾ, ਉਹ ਛੋਟੇ ਭਾਈ ਸਨ? ਛੋਟੇ ਸੀ ਉਹ, ਪੂਰੇ ਹੋ ਗਏ। ਕਿੰਨੇ ਭਾਈ ਸਨ? ਦੋ, ਤਿੰਨ, ਅਸੀਂ ਤਿੰਨ ਸੀ। ਉਹ ਪਾਕਿਸਤਾਨ ਚ ਛੋਟੇ ਛੋਟੇ ਹੀ ਪੂਰੇ ਹੋ, ਪਾਕਿਸਤਾਨ ਚ 47 ਤੋਂ ਪਹਿਲਾਂ ਪੂਰੇ ਹੋ ਗਏ। ਉਹਦੇ ਦੇਖਣ ਦਾ ਵੀ ਨਹੀਂ, ਕਈ ਛੋਟੇ ਛੋਟੇ। ਨਾਂ ਕੀ ਸੀ ਉਹਨਾਂ ਕਿਤੇ ਨੇ? ਯਾਰ ਨਾਂ ਦਾ ਮੈਨੂੰ ਪਤਾ ਕੋਈ, ਸੁਣ ਲੈ। ਠੀਕ, ਜਿਹੜਾ ਪਿੰਡ ਦਾ ਰਾਜ ਨੰਗਲ ਬਾਜਵਾ, ਤੇ ਦਰਖਤ ਵੀ ਆ ਸਨ ਬੋਰ ਕੋਈ? ਹੈ, ਬੋਰ ਕੋਈ ਗੁਰਦੁਆਰਾ ਮਸਜਿਦ ਹੈ? ਸਭ ਕੁਝ ਹੈਗਾ ਸੀ, ਸਭ ਕੁਝ ਹੈਗਾ ਸੀ, ਮਸੀਤਾਂ ਹੈਗੀਆਂ ਸੀ, ਬਾਕੀ ਗੁਰਦੁਆਰੇ ਹੈਗੇ ਸੀ, ਪੀਰਾਂ ਦੀ ਪੀਰਾਂ ਦੀਆਂ ਜਗ੍ਹਾ ਹੈਗੀਆਂ ਸੀ, ਪੀਰਾਂ ਦੇ ਉੱਤੇ ਸੇਵਾ ਕਰਨ ਵਾਲੀ ਜਲਾਵਾਂ ਵਾਲੇ ਬਾਬੇ ਬੈਠੇ ਹੁੰਦੇ ਸੀ। ਹੋਰ ਕੁਛ ਕੀ ਪੁੱਛਣਾ? ਜਲਾਵਾਂ ਵਾਲੇ ਬਾਬੇ ਹੈ ਸਨ? ਹਾਂ। ਕਿਸ ਪਾਸੇ ਸੀ ਉਹ? ਉਹ ਪਿੰਡ ਦੇ ਗੱਭੇ। ਤੇ ਤੁਹਾਡਾ ਘਰ ਕਿੱਥੇ ਤੁਸੀਂ ਪਿੰਡ ਦੇ? ਸਾਡਾ ਘਰ ਚੜ੍ਹਦੇ ਪਾਸੇ। ਤੇ ਨਾਲ ਨਾਲ ਕਿਤੇ ਕਿਤੇ ਘਰ ਸਨ? ਨਾ ਚੇਤੇ ਆ? ਉਹ ਘਰ ਦੀ ਯਾਦ ਬਥੇਰਿਆਂ ਦੇ ਲਾਗੇ ਸੀ, ਮੈਂ ਹੁਣ ਤੈਨੂੰ ਕਿਹੜੇ ਦੱਸਾਂ। ਅੱਛਾ, ਕੋਈ ਨਾ, ਇੱਕ ਦਾ ਦੱਸ ਦਿਓ ਗਲੀਆਂ ਦੇ ਨਾਲ, ਘਰ ਲੱਭਣਾ ਵੀ ਨਾ ਤੁਹਾਡਾ, ਉਹ ਵੀਡੀਓ ਬਣ ਕੇ ਆਣੀ ਹੈ। ਕਰਮ ਸਿੰਘ ਆ, ਕਰਤਾਰ ਸਿੰਘ ਆ, ਸਰੈਣ ਸਿੰਘ ਆ, ਬਰਜਾਮ ਸਿੰਘ ਆ, ਭਾਨ ਸਿੰਘ ਆ, ਹੋਰ। ਅੱਛਾ, ਪਿੰਡ ਚੇਤੇ ਆਉਂਦਾ ਅਜੇ ਵੀ? ਹੈ, ਪਿੰਡ ਚੇਤੇ ਆਉਂਦਾ? ਉਹ ਮਰ ਗਿਆ ਤੇ ਤੁਰ ਕੇ ਪਿੱਛੋਂ ਯਾਦ ਆਉਂਦੇ ਰਹਿੰਦੇ ਆ।
ਬਾਕੀ ਉਹ ਪਿੰਡ ਦੇ ਚੇਤੇ ਹੁੰਦਾ ਹੁਣ ਅੱਜ ਵੀ ਜਿੱਥੇ ਤੁਸੀਂ ਤੁਹਾਡਾ ਬਚਪਨ ਹੁੰਦਾ ਜਿੱਥੇ ਖੇਡੇ ਬੱਲੇ ਉਹ ਪਿੰਡ ਦੀ ਯਾਦ ਆਉਂਦਾ ਹੁਣ ਜੇ ਉਹ ਪਿਛਲੀ ਗੱਲ ਕਰੀਏ ਫਿਰ ਤੇ ਸ਼ਲਾਈ ਹੋ ਜਾਏਗਾ ਹੁਣ ਨਜ਼ਰ ਹੈ ਨੀ ਸਾਰੀਆਂ ਸੋਚ ਸੋਚ ਕੇ ਨਹੀਂ ਹੁੰਦੀਆਂ ਨਜ਼ਰ ਕੌਣ ਦੀ ਚੱਲ ਗਈ ਤੁਹਾਡੀ ਉਹ ਨਜ਼ਰ ਮੈਂ ਡਰੈਕਸ ਵੀ ਪਵਾਏ ਬਾਕੀ ਇਹ ਬੀ ਪੀ ਹਾਈ ਹੁੰਦਾ ਸੀ ਫਿਰ ਉਹ ਟੀਕੇ ਟੋਕੇ ਲੱਗਦੇ ਰਹੇ ਬੜੇ ਉਹਨਾਂ ਨਜ਼ਰ ਇਹ ਕੰਮ ਹੁੰਦੇ ਲੈਂਚ ਵੀ ਪਵਾਏ ਹੁਣ ਨਹੀਂ ਲੱਭਦਾ ਕੁਝ ਵੀ ਮਾੜੀ ਮਾੜੀ ਲੈਟ ਹੀ ਲੱਭਦੀ ਆ ਜੇ ਬੈਠੇ ਮਾਰੀ ਗਈ ਅੱਛਾ ਉਹਨਾਂ ਗੂਠੇ ਲਾਏ ਸੀ ਉਹਨਾਂ ਕੈਮਰੇ ਵੀ ਅੱਖਾਂ ਨੂੰ ਲਾਏ ਕਈ ਅੱਖਾਂ ਖੋਲ ਮੈਂ ਕਿਹਾ ਹੁਣ ਮੈਂ ਕਿੱਥੋਂ ਖੋਲਦਾ ਖਾ ਇਹ ਜਿੰਨੇ ਖੁੱਲਣੀਆਂ ਨਹੀਂ ਖੁੱਲਣੀਆਂ ਦੁਨੀਆਂ ਚੰਗੀ ਸੀ ਇੱਕ ਦੂਜੇ ਦਾ ਇਸਤਮਾਲ ਕਰਦੀ ਸੀ ਭਾਵੇਂ ਅਸੀਂ ਛੋਟੇ ਸੀ ਬਾਕੀ ਅੰਗਰੇਜ਼ਾਂ ਦਾ ਰਾਜ ਸੀ ਜਨਾਨੀਆਂ ਨੂੰ ਬਹੁਤ ਫਾਇਦਾ ਸੀ ਉਹਨਾਂ ਦਾ ਭਾਵੇਂ ਸੋਨਾ ਪਾ ਕੇ ਦੋ ਚਾਰ ਤੋਲੇ ਤੁਰੀਆਂ ਕਿਸੇ ਜ਼ਰੂਰਤ ਨਹੀਂ ਹੱਥ ਪਾ ਜਾਏ ਉਂਗਲਾਂ ਪਸਾਰ ਕੇ ਚੋਰਾ ਗਰੀ ਬਹੁਤ ਹੈ ਗੁੱਡਾ ਗਰਦੀ ਬਹੁਤ ਹੈ ਦੁਨੀਆਂ ਚ ਹੁਣ ਇੱਥੇ ਪਿੰਡ ਚੇਤੇ ਹੁੰਦਾ ਫਿਰ ਵੇਖਣਾ ਪਿੰਡ ਤੁਸੀਂ ਵੇਖ ਨੀ ਸਕਣਾ ਮੁਸਲਮਾਨ ਕਹਿੰਦੇ ਸੀ ਕਹਿੰਦੇ ਅਸੀਂ ਮਰ ਲਈਆਂ ਮਹਿਲ ਤੇ ਮਾਰੀਆ ਅਸੀਂ ਪਾਏ ਹਿੰਦੁਸਤਾਨ ਚ ਛੱਡੇ ਹੋਕੇ ਕਨਾਲੀਆਂ ਹੋਕੇ ਕਨਾਲੀ ਹੋਣੇ ਨਾ ਇਸੇ ਘਰ ਘਰ ਮਾਈ ਹੋਕੇ ਦੋ ਦੋ ਕਿਲੋ ਦੀਆਂ ਉੱਥੇ ਟੋਕੀਆਂ ਅੱਗ ਪਾਉਣ ਵਾਲੀਆਂ ਇਹ ਲੱਭੀ ਆ ਕੇ ਪੰਜ ਸਮਾਨ ਨਹੀਂ ਲੱਭਿਆ ਹੈ ਸਮਾਨ ਨਹੀਂ ਲੱਭਿਆ ਸਮਾਨ ਇਸੇ ਕਾਲਾ ਸੀ ਜਦੋਂ ਆਏ ਕੋਈ ਸਮਾਨ ਨਹੀਂ ਇੱਥੇ ਮਿੱਟੀ ਦੇ ਭਾਂਡਿਆਂ ਚ ਰੋਟੀਆਂ ਪਕਾਉਣ ਦਿੰਦੇ ਸੀ ਬੱਬਰੇ ਰੱਖੇ ਸੀ ਮੁਸਲਮਾਨੀਆਂ ਨੇ ਉਹਨਾਂ ਦੇ ਉੱਤੇ ਰੋਟੀਆਂ ਪਕਾਉਣੀਆਂ ਚੁੱਲ੍ਹਾਂ ਤੇ ਉਹਨਾਂ ਕੋਲ ਕੀ ਸੀ ਇੱਥੇ ਸਵਾਹ ਸੀ ਅੱਛਾ ਅੱਗੇ ਆ ਗਿਆ ਸੀ ਸਿਆਲ ਸਿਆਲ ਜਿਹੜੇ ਬਿਸਤਰੇ ਮਿਲੇ ਰਜਾਈਆਂ ਉਹ ਦਿੱਤੇ ਯਾਦ ਸਵੇਰੇ ਸਵੇਰੇ ਤਹਿਸੀਲਦਾਰ ਨੇ ਗਵਰਨਮੈਂਟ ਨੇ ਦਿੱਤੇ ਇੱਕ ਇੱਕ ਬਿਸਤਰਾ ਦੋ ਬਿਸਤਰੇ ਦਿੱਤੇ ਭਾਂਡੇ ਵੀ ਦਿੱਤੇ ਹੋਣੇ ਨੇ ਭਾਂਡੇ ਕਿੱਥੋਂ ਦੇਣੇ ਸੀ ਭਾਂਡੇ ਆਪਣੇ ਕਹਿੰਦੇ ਸੀ ਬੈਲੋ ਕਿਤੇ ਦੇਖ ਕੇ ਜਿੱਥੇ ਮਿਲਦੇ ਆ ਅੱਛਾ ਇਹ ਤੁਹਾਨੂੰ ਯਾਦ ਹੋਣਾ ਜਦੋਂ ਤੁਰੇ ਉੱਥੋਂ ਪਤਾ ਨੀ ਤੁਸੀਂ ਪਿੰਡ ਛੱਡਣਾ ਪੈਣਾ ਤੇ ਜਿਹੜਾ ਥੋੜਾ ਬਹੁਤ ਟੂੰਬਾ ਸਨ ਉਹਦੇ ਦਾਬਾ ਹੋਣੇ ਕਿ ਨਾਲ ਲਿਆਏ ਕੀ ਟੂੰਬਾ ਸੋਨਾ ਉਹ ਯਾਰ ਉਹ ਸਭ ਕੁਝ ਉੱਥੇ ਹੀ ਰਹਿ ਗਿਆ ਨੱਪੇ ਜਿੱਥੇ ਸੀ ਪਹਿਲੇ ਲੋਕੀ ਜਾਂ ਦਰਵਾਜ਼ਿਆਂ ਵਿੱਚ ਟੋਆ ਮਾਰ ਕੇ ਨੱਪ ਜਾਂਦੇ ਸੀ ਕਿਸ ਚੀਜ਼ ਚ ਪਾ ਕੇ ਜਾਂ ਜਿੱਥੇ ਭੜੋਲੇ ਮਿੱਟੀ ਦੇ ਬਣਾ ਦਾਣੇ ਪਾਉਣ ਵਾਲੇ ਉਹਨਾਂ ਥੱਲੇ ਨੱਪ ਜਾਂਦਾ ਸਾਡੇ ਉੱਥੇ ਹੁਣ ਭੜੋਲੇ ਦੇ ਕਾਂਗੜੀਏ ਗਏ ਉਹ ਬਾਰਿਸ਼ ਦੇ ਵਿੱਚ ਜਦੋਂ ਅੱਗ ਉੱਗ ਲੱਗੀ ਜਦੋਂ ਮਾਂ ਇਹ ਕੋਠੇ ਕਾਠੇ ਢਹੇ ਜਦੋਂ ਉਹ ਭੜੋਲਾ ਦਾਣੇ ਵਾਲਾ ਖਿਲਰ ਗਿਆ ਥੱਲੇ ਵਾਲਾ ਮਾਂ ਜੀ ਉਹਨਾਂ ਮਿੱਟੀ ਮਿੱਟੀ ਚੁੱਕਾਂ ਲੱਗਿਆ ਉਹਨੂੰ ਮਿਲ ਗਿਆ ਸਭ ਕੁਝ ਲੱਭ ਗਿਆ ਅਸੀਂ ਜਾਣ ਜੋਗੇ ਇੱਥੇ ਮਰਾਂਗੇ
ਮੁਸਲਮਾਨ ਦੋਸਤ ਸੀ, ਉਹਨਾਂ ਨੇ ਪਛਾਤਾ ਪਸਰਗੁਰ ਰਾਤੋ ਰਾਤ, ਉਹਨਾਂ ਨੇ ਮਾਰਿਆ ਨੀ, ਉਹਨਾਂ ਨੇ ਇੱਧਰ ਪਛਾਤਾ। ਆਹੋ ਫਿਰ ਹਾਜੀ ਸਾਹਿਬ ਨਹੀਂ ਸੀ ਮਾਰਤੇ, ਨਾ ਚੇਤੇ ਨੇ ਜਿਹੜੇ ਬਜ਼ੁਰਗ ਰਹਿ ਗਏ ਸਨ। ਸ਼ਹਿਰ ਕਿਹੜਾ ਵੇਖਿਆ ਸੀ ਤੁਸੀਂ? ਗਏ ਸੀ ਸ਼ਹਿਰ ਉਤੋਂ? ਬਾਕੀ ਸ਼ਹਿਰ ਕੋਈ ਵੇਖਿਆ ਸੀ? ਸ਼ਹਿਰ ਵੇਖਿਆ ਸੀ, ਸ਼ਹਿਰ ਸਟੇਸ਼ਨ ਤੇ ਟ੍ਰੇਨਾਂ ਚੱਲਦੀ ਸੀ, ਜਿੱਧਰ ਮਰਜ਼ੀ ਚੜ੍ਹ ਕੇ ਅੰਮ੍ਰਿਤਸਰ ਨੂੰ ਆ ਜਾਓ। ਹਾਂ, ਉੱਤਰ ਜਾਓ। ਗਏ ਸੀ ਨਾਨਕੇ ਟ੍ਰੇਨ ਚ ਬਹਿ ਕੇ? ਜਾਈਦਾ ਸੀ, ਜਾਈਦਾ ਸੀ, ਨਾਨਕੇ ਆਈਦਾ ਸੀ, ਜਾਈਦਾ ਸੀ, ਜਾਈਦਾ ਸੀ। ਹੋਰ ਕਿੱਥੇ ਕਿੱਥੇ ਰਿਸ਼ਤੇਦਾਰੀਆਂ ਸਨ? ਹਾਂਜੀ, ਕਿੱਥੇ ਕਿੱਥੇ ਰਿਸ਼ਤੇਦਾਰੀਆਂ ਸਨ? ਉਹ ਰਿਸ਼ਤੇਦਾਰ ਨਾਨਕੇ ਹੀ ਸਨ, ਉਦੋਂ ਰਿਸ਼ਤੇਦਾਰੀਆਂ ਕਿਹੜੀਆਂ ਸੀ? ਉੱਥੇ ਹੀ ਉੱਥੇ ਹੀ ਮਾਸ ਸਾਡੇ ਸੀ, ਉੱਥੇ ਹੀ ਨਾਨਕੇ ਸਨ, ਸਭ ਕੁਝ ਉੱਥੇ ਇਕੱਠੇ ਹੀ ਸਨ, ਲੱਗ ਲੋ ਵੀ ਪਿੰਡ ਸਨ। ਅੱਛਾ, ਕਸੂਰ ਦੇ ਬਾਜਵੇ ਸੁਭਾ ਮਕੀਨੀ ਇੱਥੇ ਆ ਕੇ ਬਹੁਤ ਬੈਠੇ। ਕਈ ਪਿੰਡ ਇਕੱਠੇ ਕਿੱਥੇ ਕਿੱਥੇ ਬੈਠੇ ਨੇ? ਇੱਥੇ 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 ਹੁਣ ਮੈਨੂੰ ਆਪਣੇ ਪਿੰਡ ਦਾ ਪਤਾ, ਹੁਣ ਹੈ ਤਾਂ ਸਭਨੀ ਗਾਈ ਨੇ ਦਸੂਰ ਆਏ ਆ, ਕਾਦੀ ਆਏ ਆ, ਬਾਕੀ ਕਾਦੀ ਵੀ ਬਜਵੇ ਉਹਨਾਂ ਦੇ ਭਰਾ ਸੀ। ਇੱਥੇ ਕਿਹੜੇ ਪਿੰਡ ਬੈਠੇ? ਕਬੀਰਪੁਰ ਹੋ ਗਿਆ, ਸਾਊ ਦਾ ਪਿੰਡ ਦੱਸਿਆ ਤੁਸੀਂ, ਸਾਊ ਦਾ ਪਿੰਡ ਸਦਰਾ ਹੋ ਗਿਆ। ਹਾਂ, ਬੜੀ ਵੱਡੀ ਦੂਰ ਤੁਰ ਗਏ ਆ, ਕੋਈ ਕੋਈ ਸੁਰੰਗ ਤੁਰ ਗਿਆ ਸੀ, ਕੋਈ ਉੱਚੀ ਬਸੀ ਦੂਜੀ ਉੱਚੀ ਬਸੀ ਜਾਣਾ, ਕੋਈ ਬਸੀ ਕਿੱਕਰਾਂ ਦੀ ਤੁਰ ਗਿਆ ਸੀ, ਕੋਈ ਕਿਤੇ ਤੁਰ ਗਿਆ, ਜਿੱਥੇ ਜਿਹੜੀ ਜਮੀਨ ਦਾਟ ਪਈ ਉੱਥੇ ਤੁਰ ਗਏ, ਇੱਥੇ ਤੁਰ ਗਏ। ਪਿੰਡ ਬੜਿਆਣਾ ਟੱਟੀ ਮਰਦਾਨਾ, ਟੱਟੀ ਮਰਦਾਨਾ ਸੀ ਪਟਿਆਲੇ ਦੇ ਕੋਲ। ਤੁਸੀਂ ਨਾਂ ਲਿਆ ਉੱਚੀ ਬਸੀ ਬੈਠੇ ਨੇ ਵਿਰਸਾ ਸਿੰਘ, ਮਿਲਖਾ ਸਿੰਘ, ਗੁਰਜਾ ਸਿੰਘ, ਇਹਨਾਂ ਭਰਾਵਾਂ ਕੋਲ ਇੱਕ ਮੁਸਲਮਾਨ ਨਹੀਂ ਸੀ ਜਿਹੜੀ ਰਹਿ ਗਈ ਸੀ, ਉਹ ਕਿੱਥੋਂ ਇਹਨਾਂ ਨੂੰ ਮਿਲੀ ਸੀ? ਉਹ ਨਰਵਾਲ ਦੇ ਉੱਥੇ ਹੀ ਘੁੰਮਦੀ। ਅੱਛਾ, ਉਹ ਕਹਿੰਦੀ ਮੇਰਾ ਪਰਿਵਾਰ ਸਭ ਖਤਮ ਹੋ ਗਿਆ, ਕਤਲ ਹੋ ਗਿਆ। ਅੱਛਾ, ਸਿੱਖਾਂ ਸਿੱਖਾਂ ਨੇ ਮਾਰਤਾ ਜਫੇ ਨੇ। ਅੱਛਾ, ਫਿਰ ਮੈਂ ਕਿਹੜੀ ਦੌੜ ਲਾੜ ਕੇ ਬਚ ਗਈ ਆ, ਹੁਣ ਮੈਂ ਕਿੱਥੇ ਜਾਣਾ? ਅੱਛਾ, ਉਹ ਫਿਰ ਕਹਿਣ ਲੱਗੀ ਚੱਲ ਸਾਡੇ ਨਾਲ ਤੁਰ ਪਾ, ਹੁਣ ਫਿਰ ਹੋਰ ਕੀ ਕਰਨਾ। ਜਾਨ ਬਚਾ ਕੇ ਬੰਦਾ ਜਨਾਨੀ ਆ ਜਾਂਦਾ, ਉਹਨੂੰ ਪਿੰਡ ਭੁੱਲ ਜਾਂਦਾ। ਠੀਕ ਹੈ, ਉਹ ਕਹਿੰਦਾ ਆਪਣੀ ਜਾਨ ਬਾਜੇ ਠੀਕ ਹੋ ਗਿਆ। ਜਵਾਨ ਬੜੀ ਉੱਚੀ ਲੰਮੀ ਸੀ, ਜਵਾਨਾਂ ਪਾਕਿਸਤਾਨ ਦੀਆਂ ਸਾਰੇ ਜਨਾਨੀਆਂ ਹੁਣ ਕੇ
ਜਵਾਨ ਹੋ ਗਈ ਸਾਡੇ ਪਿੰਡ ਬੰਦਾ ਫੌਜੀ ਸੀ ਓਹਦਾ ਜੇ ਵਿਆਹ ਨੀ ਸੀ ਓਹਦੀ ਬਾਹਰ ਦਿੱਤੀ ਇਸੇ ਪਿੰਡ ਹੀ ਉਹ ਫਿਰ ਮੁਸਲਮਾਨੀ ਤੋਂ ਆ ਧਰਮੀ ਬਣ ਗਈ। ਅੱਛਾ ਜੀ। ਫਿਰ ਓਹਨੇ ਪਰਿਵਾਰ ਓਹਦਾ ਹੋਇਆ ਕਰੇ ਤਿੰਨ ਕੁੜੀਆਂ ਦੋ ਮੁੰਡੇ ਪੰਜ ਇੱਕ ਮੁੰਡੇ ਹੋਏ ਤਿੰਨ ਚਾਰ ਕੁੜੀਆਂ ਹੋਈਆਂ ਸਾਰਿਆਂ ਦਾ ਵਿਆਹ ਕਰਤਾ। ਅੱਛਾ ਜੀ। ਇੱਕ ਫਸਲਪੁਰੇ ਵਿਆਹੀ ਸੀ ਉਹ ਬੰਦਾ ਬਜਾਜੀ ਵੇਚਦਾ ਸੀ ਕਿਆ ਤੈਨੂੰ ਪਤਾ ਹੀ ਹੋਣਾ ਕਦੇ ਪਤਾ ਹੀ ਪਤਾ ਹੀ ਆ ਬਸ ਉਹ ਜੇ ਕੋਹਦੀਆਂ ਸੀ ਇੱਕ ਇੱਥੇ ਸੀ ਲਾਗੇ ਉਹ ਖੈਰਾਬਾਦ ਉਹ ਸਾਰੇ ਪਿੰਡ ਜੀ ਆ ਗਏ ਪਹਿਲਾਂ ਜ਼ਮੀਨ ਲੈ ਲਈ ਉਹਨਾਂ ਉਹ ਔਰਤ ਹੁਣ ਇੱਥੇ ਆਇਆ ਹੁਣ ਕਹਿੰਦੀ ਹੈ ਨਹੀਂ ਉਹ ਔਰਤ ਜਿੰਦਾਬਾਦ ਹੈ ਉਹਨੇ ਜਾ ਕੇ ਬੰਦਾ ਹੋਰ ਕਰ ਲਿਆ ਉੱਥੇ। ਅੱਛਾ ਉਹ ਜਿਹੜੀ ਆ ਗਈ ਸੀ ਕੁੜੀ ਰਹਿ ਗਈ ਉਹਨੇ ਬੰਦਾ ਹੋਰ ਕਰ ਲਿਆ ਇੱਥੇ ਸਾਰੇ ਪਰਿਵਾਰ ਨੂੰ ਵਿਆਹ ਕੇ ਵੱਖੋ ਵੱਖ ਕਰਕੇ ਫਿਰ ਥਲੀ ਮੇਲਾ ਲੱਗਦਾ ਸੀ ਮੁਸਲਮਾਨ ਦਾ ਉੱਥੇ ਜਾਂਦੀ ਸੀ ਬੱਸ ਤੇ। ਅੱਛਾ। ਉਹ ਬੱਸ ਤੇ ਉਹਨੂੰ ਕੋਈ ਲੱਭ ਗਿਆ ਉਹ ਮੇਲੇ ਗਈ ਨੀ ਆਈ। ਅੱਛਾ ਮੇਲੇ ਨਾਲ ਹੀ ਪਾਕਿਸਤਾਨ ਚਲੇ ਗਈ ਨਾਲ ਹੀ ਪਾਕਿਸਤਾਨ ਚਲੀ ਗਈ ਜਿਹੜੇ ਉਹਨੇ ਕਹਿਆ ਹਨ ਕੋਈ ਰਿਸ਼ਤੇਦਾਰ ਪਤਾ ਨੀ ਕੀ ਹਨ ਉੱਥੇ ਜਾ ਕੇ ਉਹਨੇ ਫਿਰ ਨਵੇਂ ਸਿਰੇ ਆਰਾਮ ਕਰ ਲਿਆ। ਜਿਹੜੇ ਬੱਚੇ ਇੱਥੇ ਸਨ ਕੁੜੀਆਂ ਸਨ ਮੁੰਡੇ ਸਨ ਉਹ ਬੱਚੇ ਵੀ ਇੱਥੇ ਆਰਮੀ ਚ ਵੀ ਰਹਿ ਗਏ ਸਾਰੇ ਕੰਮ ਕਾਰ ਉਹ ਸੈੱਟ ਨੇ ਸਾਰੇ ਸੈੱਟ ਨੇ ਉਹਨਾਂ ਨੂੰ ਮੁੜ ਕੇ ਮਿਲ ਨਹੀਂ ਆਈ ਨਾ ਨਾ ਚਿੱਠੀ ਵੀ ਨਹੀਂ ਆਈ ਨਾ ਚਿੱਠੀਆਂ ਪਾਉਣ ਲਈ ਉਹਦੇ ਜਿਹੜੀ ਚੋਰੀ ਇੱਕ ਹਿਸਾਬ ਨਾਲ ਚੋਰੀ ਚੱਲ ਗਈ ਇੱਥੋਂ ਘਰ ਜਾਣ ਦੀ ਪਤਾ ਸੀ ਮੇਲੇ ਗਈ ਨਹੀਂ ਆਈ। ਅੱਛਾ ਜੀ। ਫਿਰ ਉਹਦੀ ਯਾਦ ਤੇ ਹੁੰਦੇ ਹੋਣੇ ਆਪਣੇ ਬੱਚੇ ਉਹ ਜਿੱਦਾਂ ਕਹਿੰਦੇ ਮੈਂ ਮਸਿਆ ਗਈ ਨਹੀਂ ਆਉਣਾ ਘਰ ਦਾ ਪਿੱਛੋਂ ਸੰਭਾਲ ਰੱਖ ਲਈ। ਅੱਛਾ ਉਹ ਗੱਲ ਹੋਈ ਹੈ ਇਹ ਗੱਲ ਇੱਦਾਂ ਦੀ ਹੁੰਦੀ ਆ ਮਸਿਆ ਗਈ ਮੁੜ ਕੇ ਨਹੀਂ ਆਈ ਨਾ ਸੁਖੀਆਂ ਸੀ ਪੰਜ ਮਸਿਆ ਪਹਿਲੀ ਮਸਿਆ ਹੀ ਕੰਨਾਂ ਨੂੰ ਹੱਥ ਲਾਵੇ ਸ਼ੇਰ ਆਉਂਦੇ ਤੁਹਾਨੂੰ ਇਹ ਹੋਰ ਸ਼ੇਰ ਆਉਂਦਾ ਕੋਈ ਗੀਤ ਆਉਂਦਾ ਸਭ ਕੁਝ ਆਉਂਦਾ ਆਉਂਦਾ ਆਹੋ ਉਹ ਅੱਜ ਕੋਈ ਆਹਾ ਸੁਣਾ ਦੇ ਇੱਕ ਉਹ ਸੁਖਨਾ ਸੱਚ ਹੋ ਗਿਆ ਮੇਰੇ ਨਾਲ ਝਗੜ ਪਈ ਹੋਣੀ ਤੇ ਇੱਟਾਂ ਉੱਤੇ ਇੱਟਾਂ ਰੱਖ ਕੇ ਇੱਟਾਂ ਉੱਤੇ ਇੱਟਾਂ ਰੱਖ ਕੇ ਤੇਰੇ ਹੀਰਿਆਂ ਦੀ ਚਮਕ ਲਕਾਉਣੀ ਸੁਖਨਾ ਸੱਚ ਹੋ ਗਿਆ ਰਾਤੀ ਸੌਣ ਲੱਗੀ ਰਾਤੀ ਸੌਣ ਲੱਗੀ ਸੀ ਮੇਰੇ ਨਾਲ ਹੀਰਿਆਂ ਦੀ ਜੋੜੀ ਚ ਪਿੰਡਿਆਂ ਦੇ ਹੱਥ ਫੇਰ ਕੇ ਪਿੰਡਿਆਂ ਦੇ ਹੱਥ ਫੇਰ ਕੇ ਕਹਿੰਦੇ ਫੇਰ ਬੰਦਾ ਦੇ ਲੋੜੀ ਸੁਖਨਾ ਸੱਚ ਹੋ ਗਿਆ ਹੋਰ ਮਾਤਾ ਗੁਜਰੀ ਨੂੰ ਆਖਦਾ ਜਲਾਬ ਹੱਥ ਜੋੜ ਕੇ
ਮੈਂ ਕਿਹਾ ਘਰ ਅੰਨੀ ਨੀ ਬੱਚੀਆਂ ਨੂੰ ਮੋੜ ਕੇ ਕਿਵੇਂ ਤੂੰ ਲੈਣਾ ਏ ਜਲਾਦਾ ਹੱਥ ਜੋੜ ਕੇ ਕਿਤੇ ਵੀ ਲਿਜਾਣਾ ਵੇ ਮੈਂ ਬੱਚੀਆਂ ਨੂੰ ਮੋੜ ਕੇ ਇੱਟਾਂ ਮਾਤਾ ਹੋ ਜਿੰਦਾ ਮਾਤਾ ਹੋਈਆਂ ਤੇ ਇੱਟਾਂ ਉੱਤੇ ਪਹਾੜੀਆਂ ਇਹਨਾਂ ਕੋਲ ਜਾਣੀਆਂ ਨਹੀਂ ਚੋਟਾਂ ਨੀ ਸਹਾਰੀਆਂ ਜਿਵੇਂ ਜਿਵੇਂ ਭਾਰ ਸੁਬਾ ਬੱਚੀਆਂ ਤੇ ਪਾਵੇਗਾ ਤਿਵੇਂ ਤਿਵੇਂ ਭਾਰਤ ਸਿਰੋਂ ਹੌਲਾ ਹੁੰਦਾ ਜਾਵੇਗਾ ਖੂਨ ਦੀ ਜਨਦੀ ਵਗੇ ਜਿਵੇਂ ਇਹਨਾਂ ਬੱਚਿਆਂ ਦੀ ਭਾਰਤ ਦੀ ਸਹੋਰੀ ਗੱਲਾਂ ਵੀ ਹੈ ਜੋੜ ਕੇ ਕਿਵੇਂ ਤੂੰ ਲੈਣਾ ਏ ਜਲਾਦਾ ਹੱਥ ਜੋੜ ਕੇ ਦੀਆਂ ਵਿੱਚ ਦੇਣਾ ਮੈਂ ਕਲੇਜਾ ਤੋੜ ਤੋੜ ਕੇ ਬਣਿਆ ਜਲਾਦ ਕਿਸੇ ਗੱਲਾਂ ਵੀ ਨਹੀਂ ਡਰੀਦਾ ਜਿਵੇਂ ਕੋਈ ਮਜ਼ਦੂਰੀ ਲਈਏ ਕੰਮ ਪੂਰਾ ਕਰੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ੇਰ ਵੀ ਜ਼ਿਆਦਾ ਸਵਨ ਭਾਦਰੋਂ ਖਰੀਦਣੀ ਖੰਡ ਮੰਦੀ ਦੂਜਾ ਊਠਾਂ ਤੇ ਲੱਦਣਾ ਭਾਰ ਮੰਦਾ ਦੂਜਾ ਨਾਲ ਅੰਦਾਰੀਏ ਗੱਲ ਕਰਨੀ ਕਰਨਾ ਇਸਤਰੀ ਚ ਅਖਬਾਰ ਮੰਦਾ ਦੂਜਾ ਨਾਲ ਦਾੜੀਏ ਗੱਲ ਕਰਨੀ ਫਿਰਨਾ ਇਸਤਰੀ ਨਾਲ ਬਾਜ਼ਾਰ ਮੰਦਾ ਸੌਣ ਭਾਦਰੋਂ ਖਰੀਦਣੀ ਖੰਡ ਮੰਦੀ ਦੂਜਾ ਊਠਾਂ ਤੇ ਲੱਗਣਾ ਪਾਰ ਮੰਦਾ ਹੋਰ ਕੋਈ ਇਕਦਾ ਉਹ ਜੇ ਘਰ ਸੁੱਖ ਬਸਿਆ ਫਿਰ ਬਾਹਰ ਸੁੱਖ ਪਾਇਆ ਕਹੋ ਨਾਨਕ ਗੁਰਮੰਤਰ ਜੜਾਇਆ ਵਾਹਿਗੁਰੂ 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 ਕਹੋ ਨਾਨਕ ਸਭ ਤੇਰੀ ਵਡਿਆਈ ਘਰ ਸੁੱਖ ਵਸਿਆ ਫਿਰ ਬਾਹਰ ਸੁੱਖ ਪਾਇਆ ਬੜੀ ਵਾਈ ਕੀਤੀ ਖੂਬ ਵਾਈ ਕੀਤੀ ਅੱਛਾ ਜੋਗਾ ਨਾਲ ਖਸਮ ਤਾਈ ਬੁੱਢਾ ਬੈਲ ਬੋਲਿਆ ਮੰਡੀ ਨਾ ਖੜੀਓ ਮੇਰਾ ਦਿਲ ਡੋਲਿਆ ਮੰਡੀ ਤੂੰ ਜਾ ਕੇ ਕਿਹੜਾ ਵੱਟੇ ਲੱਖ ਹੋਏ ਖੁਰਲੀ ਤੇ ਮੰਦੇ ਚੰਗੇ ਕਾਖਾ ਪਾਈ ਕੱਖ ਹੋਏ ਖਸਮਾ ਪਾਈ ਕੱਖ ਹੋਏ ਤੇ ਮੰਗੀ ਜਾਂਦੇ ਰਹੇ ਹੋ ਪਹਿਲਾਂ ਤੇ ਪਿੰਜਰ ਮੇਰਾ ਮਿੱਟੀ ਵਿੱਚ ਰੋਲਿਆ ਹੁਣ ਮੰਡੀ ਨਾ ਖੜੀਓ ਮੇਰਾ ਦਿਲ ਡੋਲਿਆ ਕਹਿੰਦਾ ਛੱਡੇ ਛੱਡਾ ਜੇ ਕੱਖ ਨੀ ਹੋਵੇ ਹੋਰ ਕੀ ਚੱਲ ਮੈਂ ਕਿਹਾ ਜਦੋਂ ਟਰੈਕਟਰ ਨੀ ਸੀ ਆਏ ਮਾਂਗੀ ਰਲਵਾਲ ਸੀ ਮਾਂਗੀ ਤੇ ਮਾਂਗੀ ਜਾਂਦੇ ਰਹੇ ਹੋ ਚੱਕਾਂ ਨਾਲ ਉਹ ਬੜੀਆਂ ਮਾਂਗੀਆਂ ਖਾਧੀਆਂ ਅੱਛਾ ਬੜੀਆਂ ਮਾਂਗੀਆਂ ਖਾਧੀ ਆਪਾਂ ਸ਼ਰਾਬ ਦੇ ਲਾਗੇ ਨੀ ਗਏ ਅਗਰ ਕੰਮ ਕਰਕੇ ਪੂਰਾ ਦੱਸਿਆ ਖੀਰ ਤੇ ਕੜਾਈ ਜਿਹੜੀ ਜਿਹੜੀ ਮਾਂਗੀ ਆਇਆ ਕੰਮ ਜਿੰਨਾ ਮਰਜ਼ੀ ਦੱਸ ਲਾ ਦਾਰੂ ਨੀ ਪੀਣੀ ਦਾਰੂ ਨੀ ਪੀਣੀ ਬਾਕੀ ਦੁੱਧ ਲਿਆ ਦਹੀਂ ਲਿਆ ਘਿਓ ਜੋ ਮਰਜ਼ੀ ਲਿਆ ਕੋਈ ਨਾ ਨਹੀਂ ਠੀਕ ਹੈ ਦਾਰੂ ਪੀ ਕੇ ਕਿਸੇ ਜਾ ਕੇ ਖਰਾਬੀ ਨੀ ਕਰਨੀ ਨਾ ਕਿਸੇ ਦੀ ਸੁਣਨੀ ਹੈ ਪੈਲੀ ਚੰਗੀ ਸੀ ਇੱਥੇ ਮੀਰਪੁਰ ਦੀ ਆਲੇ ਦੁਆਲੇ ਪੈਲੀ ਪੈਲੀ ਦਾ ਇੱਥੇ ਪੁੱਛ ਕੋਈ ਨਾ ਜਿੰਨੀ ਇਹ ਗੰਦਾ ਇਲਾਕਾ ਸੀ ਇੱਥੇ ਕਾਂਡਾਂ ਟਾਹਲੀਆਂ ਝਾਊ
ਕਹੀਆਂ ਇਹਦਾ ਪੈਂਦਾ ਚੋਰ ਨੇੜੇ ਇਹਦਾ ਪਾਣੀ ਆ ਜਾਂਦਾ ਸੀ ਇਹਦਾ ਪਾਣੀ ਪਹਿਲਾਂ ਕਿਹੜਾ ਬੰਦ ਹੋ ਨਹੀਂ ਬੰਦ ਤੋਂ ਬਾਅਦ ਗਵਰਨਮੈਂਟ ਨੇ ਫਤਿਹ ਬਾਕੀ ਮੱਕੀਆਂ ਬਾਜਰੇ ਹੋ ਗਏ ਆਹੋ ਇਹ ਸਮਝੀ ਫਸਲਾਂ ਸੀ ਦੱਸਦੇ ਵੀ ਜਿਹੜੇ ਪੁਰਾਣੇ ਬਾਬੇ ਸਨ ਉਹ ਗਰਮੀ ਨਾ ਚਾਹ ਪੀਂਦੇ ਗਰਮੀ ਪੂਰੀ ਪੀਂਦੇ ਚਾਹ ਦੇ ਹੱਥ ਦੇ ਕੋਲ ਅੱਜ ਵੀ ਰੱਖਦੇ ਹੋ ਗੜਵੀ ਚਾਹ ਦੀ ਉਹ ਪਹਿਲਾਂ ਰੱਖਦੀ ਹੁਣ ਦੀ ਜ਼ਿਆਦਾ ਪਾਈਦੀ ਹਾਂ ਬਾਥਰੂਮ ਜਦੋਂ ਆਇਆ ਤੁਸੀਂ ਵੇਖਿਆ ਤੁਸੀਂ ਚੰਗਾ ਵੱਡਾ ਮੱਗ ਚਾਹ ਦਾ ਲਿਆ ਸੀ ਉਹ ਮੱਗ ਨੇ ਕੀ ਕਰਨਾ ਚਾਰ ਕੱਪਾਂ ਦਾ ਮੱਗ ਬਣਾ ਉਹ ਜਿੰਨਾ ਮਰਜ਼ੀ ਹੋਏ ਆਪਾਂ ਕੱਪ ਕੁ ਨਹੀਂ ਗਿਣੀ ਦਿੰਦੇ ਠੀਕ ਹੈ ਦੁੱਧ ਸੀ ਪੱਤੀ ਹੁੰਦੀ ਬਹੁਤੀ ਉਹ ਕਿਸੇ ਕਿਸੇ ਜਾਓ ਤੇ ਕੱਪਾਂ 'ਚ ਚਾਹ ਪੀ ਲੈ ਦੋ ਨਹੀਂ ਮਾਰੀ ਸਾਡਾ ਵੱਜ ਪਈ ਆ ਬਾਟਾ ਜਾਂ ਕੱਪ ਹੋਣਾ ਚਾਹੀਦਾ ਉਹ ਕਿੱਦਾਂ ਕਹਿੰਦੇ ਨੇ ਜਿੰਨੇ ਖਾਧਾ ਗੱਲ ਚੱਟੀ ਪੰਜਾਬੀ ਦੀ ਗੱਲ ਆ ਕੀ ਗੱਲ ਹੈ ਦੱਸੋ ਗੱਲ ਇਹ ਜਿੰਨੇ ਰੱਜ ਕੇ ਆਪਣੀ ਮਰਜ਼ੀ ਨਾਲ ਖਾਧਾ ਉਹ ਜੁੰਗਲਾ ਚੱਟੂਗਾ ਉਹ ਆ ਕੀ ਬਣੂਗਾ ਬਿਲਕੁਲ ਸਹੀ ਹੈ ਚਲੋ ਠੀਕ ਹੋ ਗਿਆ ਬਾਪੂ ਜੀ ਚਲੋ ਧੰਨਵਾਦ ਸ਼ੁਕਰੀਆ ਸਤਿ ਸ਼੍ਰੀ ਅਕਾਲ